ਸਤਿ ਸ਼੍ਰੀ ਅਕਾਲ, ਸਵਾਗਤ ਸਭ ਸਤਿਕਾਰਤ ਸੱਜਣਾ ਦਾ ਜੋ ਇਸ ਵਕਤ ਜੁੜੇ ਨੇ ਟਿਵਾਣਾ ਟੀਵੀ ਅਤੇ ਰੇਡੀਓ ਦੇ ਨਾਲ। ਬਾਗਾਂ ਅਤੇ ਰਾਗਾਂ ਦੇ ਸ਼ਹਿਰ ਪਟਿਆਲੇ ਹੋ, ਮੈਂ ਪਰਮਿੰਦਰ ਸਿੰਘ ਟਿਵਾਣਾ ਅਤੇ ਆਪਣੇ ਨਾਲ ਜੁੜੇ ਨੇ ਸਰ ਰਣਜੀਤ ਸਿੰਘ ਕੁੱਕੀ ਗਿੱਲ। ਗਿੱਲ ਸਾਹਿਬ, ਸਵਾਗਤ ਹੈ ਆਪ ਜੀ ਦਾ। ਥੈਂਕ ਯੂ ਸੋ ਮਚ ਪਰਮਿੰਦਰ। ਮਿਹਰਬਾਨੀ ਗਿੱਲ ਸਾਹਿਬ। ਗਿੱਲ ਸਾਹਿਬ, ਪੰਜਾਬ ਦੇ ਕਈ ਮਸਲੇ ਮਸਾਇਲ ਦੇ ਮੁਤਲਕ ਆਪਾਂ ਗੱਲਬਾਤ ਕਰਨੀ ਹੈ, ਅਤੇ ਇੱਕ ਸ਼ੁਰੂਆਤ ਕਰਦੇ ਹਾਂ ਪੰਜਾਬ ਦੇ ਪਾਣੀਆਂ ਤੋਂ। ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤ ਮਹੱਤ ਦਾ ਸੰਦੇਸ਼ ਹੈ, ਪਰ ਜਿਨ੍ਹਾਂ ਦਾ ਪਿਛਲੇ ਦਿਨਾਂ 'ਚ ਦਿੱਕਤ ਆਈ ਹੈ, ਨਹਿਰਾਂ ਟੁੱਟੀਆਂ ਵੀ ਨੇ, ਮਾੜਾ ਜਿਹਾ ਝੱਖੜ ਝਾਂਜਾ ਹੋਇਆ, ਅੱਜ ਜਿਸ ਤਰ੍ਹਾਂ ਗਰਮੀ ਵੱਧ ਰਹੀ ਹੈ, ਪਾਣੀ ਨੂੰ ਲੈ ਕੇ ਤਰਾਹ ਤਰਾਹ ਹੋ ਰਿਹਾ, ਥੋੜ੍ਹਾ ਜਿਹਾ ਟ੍ਰੈਂਡ ਹੋ ਰਿਹਾ ਕਿ ਪਾਣੀਆਂ ਦੀ ਸਾਂਭ ਸੰਭਾਲ ਕੀਤੀ ਜਾਵੇ, ਨਹਿਰੀ ਪਾਣੀ ਦੀ ਵਰਤੋਂ ਕੀਤੀ ਜਾਵੇ। ਪਾਣੀਆਂ ਦੀ ਸਥਿਤੀ ਨੂੰ ਲੈ ਕੇ ਅੰਤਰਰਾਸ਼ਟਰੀ ਪੋਲੀਟਿਕਸ ਵੀ ਚੱਲ ਰਹੀ ਹੈ ਅਤੇ ਰਾਸ਼ਟਰੀ ਪੋਲੀਟਿਕਸ ਵੀ ਚੱਲ ਰਹੀ ਹੈ, ਨਾਲ ਨਾਲ ਪੰਜਾਬ ਦੇ ਵਿੱਚ ਹੋਏ ਇਨਕਾਊਂਟਰਸ ਦੀ ਗੱਲ ਕਰਾਂਗੇ ਅਤੇ ਪੰਥਕ ਸਫ਼ਾਂ ਦੀ ਗੱਲ ਕਰਾਂਗੇ, ਨਾਲ ਨਾਲ ਪੰਜਾਬ ਦੀ ਸਿਆਸਤ ਦੇ ਨਵੇਂ ਰੁਝਾਨ ਦੀ ਗੱਲ ਕਰਾਂਗੇ। ਸ਼ੁਰੂਆਤ ਕਰਦੇ ਹਾਂ ਪਹਿਲਾਂ ਪਾਣੀ ਤੋਂ। ਪਹਿਲਾਂ ਪਾਣੀ ਜਿਉ ਹੈ ਜਿੱਤ ਹਰਿਆ ਸਭ ਕੋਏ, ਪੰਜਾਬ ਵਸਦਾ ਗੁਰਾਂ ਦੇ ਨਾਂ 'ਤੇ। ਕਿੰਨਾ ਕੁ ਪਾਣੀ ਦੇ ਪ੍ਰਤੀ ਅਸੀਂ ਮਹੱਤਤਾ ਦਿੰਦੇ ਹਾਂ? ਖੁਆਜੇ ਦੇ ਤੌਰ 'ਤੇ ਪੂਜਦੇ ਬਹੁਤ ਹਾਂ, ਪਰ ਸ਼ਾਇਦ ਪੂਜਾ ਤੱਕ ਹੀ ਸੀਮਤ ਹੈ। ਸਿਸਟਮ 'ਚ ਕਈ ਟੇਢੀਆਂ ਜਿਹੜੀਆਂ ਸਾਜ਼ਿਸ਼ਾਂ ਨੇ ਪੰਜਾਬ ਦੇ ਪਾਣੀਆਂ ਨੂੰ ਲੈ ਕੇ, ਉਹ ਵੀ ਚੱਲ ਰਹੀਆਂ ਨੇ। ਜੀ ਗਿੱਲ ਸਾਹਿਬ, ਮੈਂ ਨਾ ਇੱਥੋਂ ਸ਼ੁਰੂ ਕਰਦਾ ਕਿ ਮੰਜ਼ਿਲੋਂ ਕੀ ਚਾਹਾ ਲੇਕਰ ਰਾਸਤੋਂ ਮੇਂ ਕੈਦ ਹੈ, ਹਮ ਤੋ ਇੱਕ ਫਰਿਆਦ ਲੇਕਰ ਰਾਸਤੋਂ ਮੇਂ ਕੈਦ ਹੈ। ਜੀ, ਮੈਂ ਇੱਕ ਫਰਿਆਦ ਲੈ ਕੇ ਆਇਆ ਕਿ ਜਿਹੜੀ ਡਿਕਲਾਈਨਿੰਗ ਵਾਟਰ ਸਿਚੁਏਸ਼ਨ ਆ ਪੰਜਾਬ 'ਚ, ਇਹ ਲਗਾਤਾਰ ਇੱਕ ਚਿੰਤਾ ਦਾ ਵਿਸ਼ਾ। ਜਿਸ ਤਰ੍ਹਾਂ ਬਣਨਾ ਚਾਹੀਦਾ ਸੀ ਉਵੇਂ ਇਹ ਬਣ ਨਹੀਂ ਰਿਹਾ। ਇਹ ਵੀ ਆ ਰਿਹਾ ਕਿ ਅਗਲੇ 18 ਸਾਲਾਂ ਤੱਕ ਜੇ ਇਸ ਤਰ੍ਹਾਂ ਵਰਤਾਰਾ ਚੱਲਦਾ ਰਿਹਾ ਤਾਂ ਪੰਜਾਬ ਇੱਕ ਮਾਰੂਥਲ ਬਣ ਜੂਗਾ, ਸਮੁੱਚਾ ਪੰਜਾਬ, ਜਿਹਦੇ ਕਿ ਕੁਛ ਹਿੱਸੇ ਸੰਗਰੂਰ ਦੇ ਹੁਣ ਉਸ ਪਕੜ ਵਿੱਚ ਆ ਵੀ ਚੁੱਕੇ। ਕਿਉਂਕਿ ਜਿਹੜੀ ਮੈਂ ਜਿੱਥੋਂ ਜ਼ਿਕਰ ਕਰਦਾ, ਤਾਜ਼ਾ ਰਿਪੋਰਟ ਆਈ ਹੈਗੀ ਹੈ ਉਹ 2022 ਦੀ, ਉਹਦੇ ਵਿੱਚ ਜਿਹੜੀ ਸੈਂਟਰਲ ਵਾਟਰ ਬੋਰਡ ਸੰਸਥਾ ਹੈਗੀ ਆ, ਉਹਨਾਂ ਨੇ ਪੰਜਾਬ ਬਾਰੇ ਜੋ ਹਕੀਕਤ ਆ ਪਾਣੀ ਨੂੰ ਲੈ ਕੇ ਉਹਦਾ ਸਾਰਾ ਵਰਣਨ ਕੀਤਾ ਹੈਗਾ ਇਹਨੇ ਡਿਟੇਲਡ ਮੈਨਰ। ਉਸ ਜਿਹੜੀ ਰਿਪੋਰਟ ਹਰ ਦੋ ਸਾਲ ਬਾਅਦ ਪ੍ਰਪੇਅਰ ਹੁੰਦੀ ਹੈ, ਸਟੈਟਸ ਰਿਪੋਰਟ, ਉਸ ਅਨੁਸਾਰ ਇਹ ਕਿਹਾ ਜਾ ਰਿਹਾ ਕਿ 16.81 ਮਿਲੀਅਨ ਏਕੜ ਫੁੱਟ ਜਿਹੜਾ ਪਾਣੀ ਚਾਹੀਦਾ ਆਪਾਂ ਨੂੰ, ਉਹ ਰਿਚਾਰਜ ਕਰਨ ਲਈ ਆਪਾਂ ਨੂੰ ਹਰ ਸਾਲ ਚਾਹੀਦਾ ਤਾਂ ਕਿ ਗਰਾਊਂਡ ਵਾਟਰ ਨੂੰ ਥੋੜ੍ਹਾ ਅਪ ਕੀਤਾ ਜਾਵੇ। ਪਰ ਇਸ ਦੇ ਬਰਾਬਰ ਜਿਹੜਾ ਪਾਣੀ ਕੱਢਿਆ ਜਾ ਰਿਹਾ ਧਰਤੀ 'ਚੋਂ, ਖੇਤੀ ਦਾ, ਖੇਤੀ ਵਾਲੀ ਧਰਤੀ, ਉਹ ਹੈਗਾ 27.64 ਮਿਲੀਅਨ ਏਕੜ ਫੁੱਟ। ਇਹਦੇ ਨਾਲ ਜੇ ਆਪਾਂ ਦੇਖੀਏ ਤਾਂ 10.83 ਮਿਲੀਅਨ ਏਕੜ ਫੁੱਟ ਦਾ ਗੈਪ ਆ ਕਿ ਜਿੰਨਾ ਪਾਣੀ ਆਪਾਂ ਕੱਢ ਰਹੇ ਹਾਂ ਉਹਦੇ ਬਦਲੇ 'ਚ ਜਿਹੜਾ ਆਪਾਂ ਰੀਚਾਰਜ ਕਰ ਰਹੇ ਹਾਂ ਉਹਦੇ 'ਚ 10 ਲੱਖ ਅਤੇ 83 ਮਿਲੀਅਨ ਏਕੜ ਫੀਟ ਦਾ ਫਰਕ ਆ। ਇਹਦਾ ਕਹਿਣ ਦਾ ਭਾਵ ਆ ਕਿ ਹਰ ਸਾਲ ਇੰਨਾ ਪਾਣੀ ਆਪਾਂ ਜਿਹੜਾ ਹੈਗਾ ਵਰਤ ਰਹੇ ਹਾਂ ਜਿਹਦੀ ਆਪਾਂ ਭਰਮਾਈ ਨਹੀਂ ਕਰ ਰਹੇ। ਇਹ ਜਿਹੜਾ ਦਖਾਂਤ ਸ਼ੁਰੂ ਹੋਇਆ ਇੱਕ ਤਾਂ 56 ਸਾਲਾਂ ਤੋਂ, ਪਿਛਲਿਆਂ ਤੋਂ ਨਹਿਰੀ ਦਾ ਜਿਹੜਾ ਨਹਿਰਾਂ ਦਾ ਸਿਸਟਮ ਸੀਗਾ ਉਹਦੇ ਬਾਰੇ ਕੋਈ ਧਿਆਨ ਨਹੀਂ ਦਿੱਤਾ ਗਿਆ ਤਾਂ ਕਿ ਉਹਨਾਂ ਨੂੰ ਅਪਗ੍ਰੇਡ ਕੀਤਾ ਜਾਵੇ। ਆਪਣਾ ਜਿਹੜਾ ਦਰਿਆਵਾਂ ਦਾ, 3 ਦਰਿਆਵਾਂ ਦਾ ਪਾਣੀ ਆ ਉਹ ਸਾਰਾ ਕੁਛ ਆਪਾਂ ਯੂਜ ਕਰਕੇ ਵੀ ਉਹਦੇ 'ਚੋਂ ਤਕਰੀਬਨ ਚੌਥਾ ਹਿੱਸਾ ਪਾਣੀ, 25% ਦੇ ਕਰੀਬ, ਉਹ ਆਪਣਾ ਅਨਯੂਜ਼ਡ ਚਲਿਆ ਜਾਂਦਾ ਸਮੁੰਦਰ 'ਚ। ਉਹਦੇ ਬਦਲੇ ਜੇ ਕੋਈ ਨਵੀਂ ਕਨਾਲ ਬਣਨੀ ਚਾਹੀਦੀ ਸੀ, ਨਹਿਰ ਬਣਨੀ ਚਾਹੀਦੀ ਸੀ, ਉਸ ਵੱਲ ਪਿਛਲੇ 56 ਸਾਲਾਂ ਤੋਂ ਕੋਈ ਧਿਆਨ ਨਹੀਂ ਦਿੱਤਾ ਗਿਆ। ਜੀ, ਕਿਉਂਕਿ ਇੱਥੇ ਪੰਜਾਬ ਵਿੱਚ ਵੀ ਅਤੇ ਇੰਡੀਆ 'ਚ ਵੀ ਇੱਥੇ ਪੋਲੀਟੀਕਲ ਚੈਰਿਟੀਜ਼ ਦੀ ਸਿਆਸਤ ਆ ਕਿ ਸਟੇਟ ਦਾ ਪੈਸਾ ਵੰਡ ਕੇ ਮੁਫਤਖੋਰੀ ਲਈ ਤਾਂ ਕਿ ਵੋਟਾਂ ਹਾਸਿਲ ਕੀਤੀਆਂ ਜਾਣ, ਉਹਦੇ ਨਾਲ ਸਾਰਾ ਜੈਪਰਡਾਈਜ਼ ਕਰ ਰਹੇ ਆ ਆਪਣਾ ਆਉਣ ਵਾਲਾ ਫਿਊਚਰ। ਇਹਦੀ ਵੀ ਸ਼ੁਰੂਆਤ ਪਹਿਲੇ ਬੀਬੀ ਰਜਿੰਦਰ ਕੌਰ ਭੱਠਲ ਜਦੋਂ ਥੋੜ੍ਹਾ ਚਿਰ ਚੀਫ ਮਿਨਿਸਟਰ ਰਹੇ ਨੇ ਪੰਜਾਬ ਦੇ 96 ਦੇ ਕਰੀਬ, ਉਦੋਂ ਉਹਨਾਂ ਨੇ ਕੁਛ ਹਿੱਸੇ ਨੂੰ ਕਿਸਾਨੀ ਦੇ ਨੂੰ ਮੁਫਤ ਬਿਜਲੀ ਦੇਣ ਦਾ ਐਲਾਨ ਕੀਤਾ ਸੀ। ਜਿਸ ਬਾਰੇ 1997 'ਚ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਆਈ ਉਹਦੇ ਮਗਰ ਪ੍ਰਾਣਾ ਸੀਗਾ ਕਿ ਆਪਣਾ ਖੂਨੀ ਇਤਿਹਾਸ ਵੀ ਨਾਲ ਤੁਰਦਾ ਆਇਆ। ਇੱਕ ਤਾਂ ਉਹਨਾਂ ਨੇ ਇਹ ਕਿਹਾ ਸੀ ਕਿ ਮੈਂ ਇਹਦੇ ਬਾਰੇ ਕੋਈ ਨਾ ਕੋਈ
ਇਹਨੂੰ ਕਲੋਜ਼ਰ ਕਰਨ ਲਈ ਮੈਂ ਟਰੁੱਥ ਐਂਡ ਰੀਕਨਸਲੀਏਸ਼ਨ ਜਿਵੇਂ ਸਾਊਥ ਅਫਰੀਕਾ 'ਚ ਕਮਿਸ਼ਨ ਬਣਿਆ ਸੀ ਉੱਦਾਂ ਦਾ ਅਸੀਂ ਕਮਿਸ਼ਨ ਬਣਾਵਾਂਗੇ। ਦੂਜਾ ਉਹਨਾਂ ਨੇ ਇਹ ਵਾਅਦਾ ਕੀਤਾ ਸੀ ਵੱਡਾ ਕਿ ਜਿੰਨੀ ਵੀ ਆਪਣੇ ਪਿੰਡਾਂ ਦੇ ਵਿੱਚ ਮੋਟਰਾਂ ਦੀ ਬਿਜਲੀ ਆ ਉਹਨੂੰ ਟੋਟਲੀ ਇਹਨਾਂ ਨੇ ਫ੍ਰੀ ਕਰਤਾ। ਉਹਦੇ ਨਾਲ ਕੀਮਤ ਆਪਾਂ ਜੋ ਚੁਕਾਉਣੀ ਪਈ ਆ ਉਹ ਅੱਜ ਆਪਣੇ ਸਾਹਮਣੇ ਆ ਰਹੀ ਆ, 10.83 ਮਿਲੀਅਨ ਏਕੜ ਫੀਟ ਦੀ ਜਿਹੜੀ ਘਾਟ ਪੈ ਰਹੀ ਆ ਹਰ ਸਾਲ। ਇਸ ਜਿਹੜਾ ਡਿਸੀਜ਼ਨ ਸੀਗਾ ਇਹਦੀਆਂ ਲੌਂਗ ਟਰਮ ਫਾਲ ਆਊਟ ਸੀਗੀਆਂ ਜਿਹਦੇ ਬਾਰੇ ਕਦੀ ਵੀ ਕਿਸੇ ਸਰਕਾਰ ਨੇ, ਉਸ ਤੋਂ ਬਾਅਦ ਸਕਸੈਸਿਵ ਗਵਰਨਮੈਂਟ ਨੇ, ਡਿਸਪਾਈਟ ਕਿ ਸੈਂਟਰਲ ਗਵਰਨਮੈਂਟ ਇਹਨਾਂ ਨੂੰ ਬਹੁਤ ਵਾਰ ਵਾਰਨ ਕਰ ਚੁੱਕਿਆ ਕਿ ਤੁਸੀਂ ਗਰਾਊਂਡ ਵਾਟਰ ਨੂੰ ਇਸ ਪੱਧਰ ਤੱਕ ਨਾ ਕੱਢੋ, ਪਰ ਇੱਥੇ ਕਿਉਂਕਿ ਹੁਣ ਸੌਖ ਪੈ ਗਈ ਆ ਕਿ ਮੁਫ਼ਤ ਬਿਜਲੀ ਹੈਗੀ ਆ, ਲੋਕਾਂ ਦਾ ਕਨਾਲ ਵਾਟਰਸ ਦੇ ਨਾਲ ਬਿਲਕੁਲ ਮੋਹ ਭੰਗ ਹੋ ਗਿਆ ਜੀ। ਇਸ ਵਾਰੀ ਪਹਿਲੀ ਵਾਰੀ ਹੋਇਆ ਬਹੁਤ ਲੰਮੇ ਸਮੇਂ ਬਾਅਦ ਕਿ ਜਿਹੜੀ ਆਖਰੀ ਆਪਣੀ ਹੈਗਾ ਪਿੰਡ ਪੰਜਾਬ ਦਾ ਫਾਜ਼ਿਲਕਾ ਤੋਂ ਅੱਗੇ ਉੱਥੋਂ ਤੱਕ ਇਸ ਵਾਰੀ ਪਹਿਲੀ ਵਾਰ ਨਹਿਰੀ ਪਾਣੀ ਪਹੁੰਚਿਆ ਹੈਗਾ, ਜਿਹਦੇ ਕਰਕੇ 80,000 ਹੈਕਟੇਅਰ ਤੋਂ ਵੱਧ ਏਰੀਏ ਦੇ ਵਿੱਚ ਉੱਥੇ ਨਰਮਾ ਲੱਗਿਆ ਹੈਗਾ। ਕਿਉਂਕਿ ਜੇ ਇੱਦਾਂ ਦਾ ਟਾਈਮਲੀ ਨਰਮੇ ਦੀ ਹੁੰਦੀ ਹੈਗੀ ਆ ਬਿਜਵਾਈ ਉਹਦੇ ਨਾਲ ਇਹ ਹੈ ਕਿ ਜਦ ਤੱਕ ਉਹ ਮੱਖੀਆਂ ਦਾ ਕੋਈ ਹਮਲਾ ਆਉਂਦਾ ਉਦੋਂ ਤੱਕ ਜਿਹੜਾ ਬੂਟਾ ਹੈ ਉਹ ਸਮਰੱਥ ਹੋ ਜਾਂਦਾ ਉਹਨੂੰ ਝੱਲਣ ਲਈ, ਉਹਦੇ 'ਤੇ ਮੱਖੀਆਂ ਉਸ ਤਰ੍ਹਾਂ ਅਟੈਕ ਨਹੀਂ ਕਰ ਸਕਦੀਆਂ। ਇਹ ਹੁਣ ਇਹਨਾਂ ਨੇ ਸ਼ੁਰੂਆਤ ਕੀਤੀ ਆ, ਪਰ ਸੰਗਰੂਰ ਦਾ ਬਹੁਤਾ ਵੱਡਾ ਹਿੱਸਾ ਜਿਹੜਾ ਕਿ ਸਾਰਿਆਂ ਨਾਲੋਂ ਵੱਧ ਪ੍ਰਭਾਵਿਤ ਆ ਇਸ ਪਾਣੀ ਦੀ ਸਮੱਸਿਆ ਨਾਲ, ਕਿਉਂਕਿ ਉੱਥੇ ਤੀਜੀ ਲੇਅਰ 'ਤੇ ਜਾ ਕੇ ਵੀ ਉੱਥੇ ਪਾਣੀ ਨਹੀਂ ਨਿਕਲਦਾ। ਅਤੇ ਜੇ ਅਗਲੇ 18 ਸਾਲਾਂ 'ਚ ਇਸ ਤਰ੍ਹਾਂ ਹੀ ਵਰਤਾਰਾ ਚੱਲਦਾ ਰਿਹਾ ਤਾਂ ਪੰਜਾਬ, ਸਾਰਾ ਪੰਜਾਬ ਇੱਕ ਮਾਰੂਥਲ ਬਣ ਜੂਗਾ। ਹੁਣ ਸਿਰਫ ਇੱਕ ਥੋੜ੍ਹਾ ਹੀ ਹਿੱਸਾ ਹੋਇਆ, ਇੱਥੇ ਆਪਣੇ ਪੰਜਾਬ 'ਚ 150 ਬਲਾਕਸ ਨੇ ਜੀ, ਉਹਨਾਂ 'ਚੋਂ 132 ਬਲਾਕ ਅਜਿਹੇ ਨੇ ਜਿਹੜੇ 100% ਸਾਰਾ ਪਾਣੀ ਥੱਲਿਓਂ ਕੱਢ ਰਹੇ ਆ, ਕਿਉਂਕਿ ਮੁਫ਼ਤ ਬਿਜਲੀ ਦਾ ਉਹ ਲਾਹਾ ਲੈ ਰਹੇ ਆ। ਉੱਥੇ ਜਿਹੜੇ ਕੁਛ ਸੰਗਰੂਰ ਦੇ ਹਿੱਸੇ ਆ ਉੱਥੇ ਨਵਾਂ ਹੁਣ ਟਿਊਬਵੈੱਲ ਨਹੀਂ ਲੱਗ ਸਕਦਾ, ਇਸ ਕਰਕੇ ਉੱਥੇ ਰੋਕ ਲੱਗੀ ਹੋਈ ਆ। ਅਤੇ ਉੱਥੋਂ ਦੇ ਲੋਕ ਜਿਹੜੇ ਕਿਸਾਨ ਨੇ ਉਹ ਪਿੰਡ ਪਿੰਡ ਪੈਦਲ ਮਾਰਚ ਕਰ ਰਹੇ ਆ ਕਿ ਸਰਕਾਰ ਨੂੰ ਗੁਹਾਰ ਲਾ ਰਹੇ ਆ ਕਿ ਸਾਡੇ ਤੱਕ ਕਨਾਲ ਦਾ ਪਾਣੀ ਸਾਡੀਆਂ ਫਸਲਾਂ ਤੱਕ ਪਹੁੰਚਾਇਆ ਜਾਵੇ। ਜਿਹੜਾ ਕਿ ਕਾਫੀ ਵਾਰ ਇਸ ਮਸਲੇ ਨੂੰ ਉਠਾਉਣ ਤੋਂ ਬਾਅਦ ਹਜੇ ਤੱਕ ਵੀ ਸਰਕਾਰ ਕੋਈ ਇਸ ਤਰ੍ਹਾਂ ਦੇ ਪੁਖਤਾ ਕਦਮ ਨਹੀਂ ਚੱਕ ਸਕੀ, ਜਿਹਦੇ ਨਾਲ ਕਨਾਲ ਵਾਟਰ ਜਿਹੜਾ ਆਪਣੀਆਂ 8 ਵੱਡੀਆਂ ਨਹਿਰਾਂ ਨੇ ਪੰਜਾਬ 'ਚ ਉਹਨਾਂ 'ਚੋਂ ਪਰ ਬਹੁਤਾ ਜਿਹੜਾ 70%+ ਪਾਣੀ ਆ ਉਹ ਦੂਜੇ ਸੂਬਿਆਂ ਨੂੰ ਜਾ ਰਿਹਾ। ਉਹਦੇ 'ਚ ਮੇਨ ਬੈਨੀਫਿਸ਼ਰੀ ਹੈਗਾ ਰਾਜਸਥਾਨ, ਫਿਰ ਹਰਿਆਣਾ ਅਤੇ ਫਿਰ ਦਿੱਲੀ, ਜਦਕਿ ਇਹ ਤਿੰਨੇ ਹੀ ਸਟੇਟ ਸਾਡੀਆਂ ਰਾਜ ਪੇ ਰਹੀਆਂ ਨੂੰ ਕਾਨੂੰਨ ਮੁਤਾਬਕ ਪੰਜਾਬ ਨਾਲ ਇਹਨਾਂ ਦੀ ਕਿਸੇ ਤਰ੍ਹਾਂ ਵੀ ਸਾਂਝ ਨਹੀਂ ਬਣਦੀ। ਪਰ ਕਿਉਂਕਿ ਇਹ ਪੋਲੀਟੀਕਲ ਡਿਸੀਜਨਸ ਲਏ ਗਏ ਸੀ ਇਹ ਕਾਂਗਰਸ ਗਵਰਨਮੈਂਟ ਵੱਲੋਂ ਜੀ, ਜਿਹੜੇ ਕਿ ਉਹਨਾਂ ਨੂੰ ਸਟੇਟ ਪੰਜਾਬ ਦੀ ਚਾਹ ਕੇ ਵੀ ਉਹਨਾਂ ਨੂੰ ਮਤਲਬ ਕਿ ਬੰਦ ਨਹੀਂ ਕਰ ਸਕੀ। ਹੁਣ ਵੀ ਜਿਹੜੇ ਰਾਜਸਥਾਨ ਤੋਂ ਇੱਕ ਮੈਂਬਰ ਪਾਰਲੀਮੈਂਟ ਜੋ ਕਿ ਸੀਐਮ ਪੰਜਾਬ ਭਗਵੰਤ ਮਾਨ ਦੇ ਨਿੱਜੀ ਵਾਕਫ ਵੀ ਹੈਗੇ, ਕਿਉਂਕਿ ਇਹ ਇਕੱਠੇ ਮੈਂਬਰ ਪਾਰਲੀਮੈਂਟ ਰਹੇ ਨੇ, ਉਹ ਇੱਕ ਰਾਜਸਥਾਨ ਦਾ ਵਫਦ ਲੈ ਕੇ ਕੱਲ੍ਹ ਇਹਨਾਂ ਦੀ ਬਠਿੰਡੇ ਮੀਟਿੰਗ ਹੋਈ ਆ ਸੀਐਮ ਭਗਵੰਤ ਮਾਨ ਨਾਲ। ਉਹਦੇ 'ਚ ਉਹਨਾਂ ਨੇ ਮੰਗ ਕੀਤੀ ਆ ਕਿ ਸਾਨੂੰ ਪਾਣੀ ਦੀ ਮਿਕਦਾਰ ਹੋਰ ਵਧਾ ਦਿੱਤੀ ਜਾਵੇ ਰਾਜਸਥਾਨ 'ਚ, ਤਾਂ ਕਿ ਜਿਹੜੇ ਇਲਾਕਿਆਂ 'ਚ ਪਾਣੀ ਨਹੀਂ ਲੱਗਦਾ ਉੱਥੇ ਨਹਿਰੀ ਪਾਣੀ ਪਹੁੰਚਾਇਆ ਜਾ ਸਕੇ, ਪਰ ਐਟ ਦੀ ਕੋਸਟ ਆਫ ਪੰਜਾਬ, ਕਿਉਂਕਿ ਪੰਜਾਬ ਦੇ ਕਿਸਾਨਾਂ ਨੂੰ ਹੁਣ ਸਮਝਾਉਣਾ ਕਿ ਤੁਸੀਂ ਮੁਫ਼ਤ ਬਿਜਲੀ ਦਾ ਵਰਤਾਰਾ ਛੱਡ ਕੇ ਨਹਿਰੀ ਪਾਣੀ ਵੱਲ ਆਪਣੀ ਤਵੱਜੋ ਕਰੋ, ਤਾਂ ਕਿ ਸਰਕਾਰ ਨੂੰ ਮਜਬੂਰਨ ਸਾਰਾ ਜਿਹੜੀਆਂ ਨਹਿਰਾਂ ਦੀ ਸਾਫ਼ ਸਫਾਈ ਕਰਕੇ ਉਹਨਾਂ ਦੇ ਵਿੱਚ ਜਿਹੜੀ ਵੋਲੀਅਮ ਦੀ ਖੜੋਤ ਆ ਗਈ ਸੀ, ਘੱਟ ਰਿਹਾ ਸੀ ਵੋਲੀਅਮ ਸਾਡੀਆਂ ਨਹਿਰਾਂ ਦੇ ਵਿੱਚ, ਦੁਬਾਰਾ ਉੱਚਾ ਚੱਕ ਕੇ ਉਹਦੇ ਰਾਹੀਂ ਪੰਜਾਬ 'ਚ ਜਿਹੜੀ ਮੇਜਰ ਸਿੰਜਾਈ ਦਾ ਹਿੱਸਾ ਹੈਗਾ ਉਹਦੇ ਨਾਲ ਕੀਤਾ ਜਾ ਸਕੇ ਨਹਿਰੀ ਪਾਣੀਆਂ ਦੇ ਨਾਲ। ਇੱਕ ਤਾਂ ਨਹਿਰੀ ਪਾਣੀ ਦੇ ਨਾਲ ਜਿਹੜੀ ਸੋਇਲ ਹੁੰਦੀ ਆ ਉਹ ਉਸਦੀ ਫਰਟੀਲਿਟੀ ਰੇਟ ਵੱਧਦਾ, ਗਰਾਊਂਡ ਵਾਟਰ ਨਾਲ ਇਹ ਮਤਲਬ ਕਿ ਉਹਦੇ ਨਾਲ ਸਗੋਂ ਨਿਊਟ੍ਰੈਂਟਸ ਦੀ ਘਾਟ ਆਉਂਦੀ ਆ। ਕੁਦਰਤੀ ਪਾਣੀ ਪਹਾੜਾਂ 'ਚੋਂ ਆ ਰਿਹਾ ਜੀ,
ਉਹਦੇ ਵਿੱਚ ਬਹੁਤ ਵੱਡੇ ਪੱਧਰ ਤੇ ਨੈਚੁਰਲ ਮਿਨਰਲਸ ਹੁੰਦੇ ਨੇ, ਨਿਊਟ੍ਰੀਐਂਟਸ ਬਿਲਕੁਲ ਹੁੰਦੇ, ਨਵੀਂ ਆਉਂਦੀ ਮਿੱਟੀ ਆਉਂਦੀ ਉਹਦੇ 'ਚ, ਉਹਦੇ ਨਾਲ ਆਪਣੀ ਜਿਹੜੀ ਜ਼ਮੀਨ ਹੈਗੀ ਆ ਹੋਰ ਉਪਜਾਊ ਹੋ ਸਕਦੀ ਆ। ਜੀ ਕਿਉਂਕਿ ਹੁਣ ਲੰਮੇ ਚਿਰ ਤੋਂ ਆਪਾਂ ਦੇਖ ਰਹੇ ਹਾਂ ਕਿ ਪੰਜਾਬ ਦੀ ਜਿਹੜੀ ਫਰਟਿਲਿਟੀ ਹੈਗੀ ਆ ਉਹਦਾ ਲੈਵਲ ਦਿਨ ਪ੍ਰਤੀ ਦਿਨ ਡਿੱਗ ਰਿਹਾ ਹੈਗਾ। ਝਾੜ ਵੀ ਕਿਸੇ ਮਕਦਾਰ ਤੱਕ ਜਾ ਕੇ ਉੱਥੇ ਖੜ ਗਏ, ਕਈ ਥਾਵਾਂ 'ਤੇ ਤਾਂ ਝਾੜ ਘਟਣ ਲੱਗ ਗਏ ਜੀ, ਕਿਉਂਕਿ ਆਪਣੀ ਨਿਰਭਰਤਾ ਸਾਰੀ ਗਰਾਊਂਡ ਵਾਟਰ 'ਤੇ ਆ। ਬਿਲਕੁਲ ਕੁਦਰਤੀ ਹੈ ਉਹ ਚੀਜ਼ਾਂ ਗਿੱਲ ਸਾਹਿਬ। ਦੇਖੋ ਸਾਡੀਆਂ ਪਹਿਲੀਆਂ ਪੀੜ੍ਹੀਆਂ ਨੇ ਜਿਹੜੇ ਦਰਿਆਵਾਂ ਨਦੀਆਂ ਦੇ ਰੂਪ ਦੇ ਵਿੱਚ ਪਾਣੀ ਨੂੰ ਵੇਖਿਆ, ਫਿਰ ਅਗਲੀਆਂ ਪੀੜ੍ਹੀਆਂ ਨੇ ਛੱਪੜਾਂ ਕੱਸੀਆਂ ਦੇ ਰੂਪ ਦੇ ਵਿੱਚ ਢਾਬਾਂ ਦੇ ਰੂਪ 'ਚ ਵੇਖਿਆ। ਪੰਜਾਬ 5 ਦਰਿਆਵਾਂ ਦੀ ਧਰਤੀ ਹੈ ਅਤੇ ਫਿਰ ਅਗਲੀ ਪੀੜ੍ਹੀ ਨੇ ਪੰਜਾਬ ਦੇ ਵਿੱਚ ਪਾਣੀ ਦੀ ਹੋਂਦ ਖੂਹਾਂ ਅਤੇ ਛੋਟੇ ਛੱਪੜਾਂ ਦੇ ਰੂਪ 'ਚ ਵੇਖੀ, ਕੱਸੀਆਂ ਦੇ ਰੂਪ 'ਚ ਵੇਖੀ। ਫਿਰ ਹੁਣ ਵਾਲੀ ਪੀੜ੍ਹੀ ਨੇ ਪਾਣੀ ਬੋਤਲਾਂ 'ਚ ਦੇ ਰੂਪ ਦੇ ਵਿੱਚ, ਨਲਕਿਆਂ ਤੋਂ ਬੋਤਲਾਂ ਦੇ ਰੂਪ ਦੇ ਵਿੱਚ ਮਹਿਸੂਸ ਕੀਤਾ। ਅਗਲੀ ਪੀੜ੍ਹੀ ਹੈ ਉਹ ਸਮਾਂ ਜਦੋਂ ਪਾਣੀ ਦੇ ਕੈਪਸੂਲ ਹੋਣਗੇ, ਜਿਸ ਤਰ੍ਹਾਂ ਦੀ ਸਥਿਤੀ ਬਣ ਰਹੀ ਹੈ। ਪਰ ਵਾਟਰ ਕਲਟੀਵੇਸ਼ਨ ਜਿਹੜੀ ਬਹੁਤ ਸਾਰੇ ਮੁਲਕ ਕਰਦੇ ਨੇ, ਡ੍ਰਿਪ ਇਰੀਗੇਸ਼ਨ ਹੈ, ਇਹ ਬਾਦਲ ਸਾਹਿਬ ਵੀ ਸਕੀਮ ਲਿਆਉਂਦੀ ਵੀ ਸੀ, ਸਬਸਿਡੀ ਵੀ ਸੀ, ਪਰ ਉਹ ਨਹੀਂ ਹੋ ਸਕਿਆ, ਡ੍ਰਿਪ ਇਰੀਗੇਸ਼ਨ ਨਹੀਂ ਚੱਲ ਸਕੀ, ਬਹੁਤ ਸਾਰੀਆਂ ਚੀਜ਼ਾਂ ਕਾਮਯਾਬ ਨਹੀਂ ਹੋ ਸਕੀਆਂ। ਅਤੇ ਪਾਣੀ ਦੀ ਜਿਹੜੀ ਪਰਲੋਂ ਆਉਂਦੀ ਹੈ, ਆ ਤੁਸੀਂ ਵੇਖੋ ਕਿ ਨਹਿਰਾਂ ਕਿਵੇਂ ਟੁੱਟੀਆਂ ਨੇ, ਕਿੰਨੀ ਤਬਾਹੀ ਨਰਮੇ ਦੀ ਹੋਈ ਹੈ ਜਿਹੜਾ ਹੁਣ ਝੱਖੜ ਨਾਲ, ਕਿਉਂਕਿ ਅਸੀਂ ਉਹਨੂੰ ਜਿਹੜੀਆਂ ਵਾਟਰ ਬੋਡੀਜ਼ ਨੇ, ਨਹਿਰਾਂ ਨੇ, ਉਹਨਾਂ ਦੀ ਸਾਫ਼ ਸਫਾਈ ਨਹੀਂ ਕਰ ਸਕੇ। ਪੱਕੀਆਂ ਨਹਿਰਾਂ 'ਤੇ ਕਿੰਨੇ ਕਿੰਨੇ ਕੰਢਿਆਂ 'ਤੇ ਬੂਟੇ ਉੱਗੇ ਖੜ੍ਹੇ ਨੇ, ਪਟੜੀਆਂ ਟੁੱਟ ਰਹੀਆਂ ਨੇ। ਅਤੇ ਦੂਸਰਾ ਵਾਟਰ ਕਲਟੀਵੇਸ਼ਨ, ਮੇਰੇ ਇੱਕ ਦੋਸਤ ਨੇ ਉਹ ਦੱਸਦੇ ਆ, ਉਹਨਾਂ ਦਾ ਵਧੀਆ ਫਾਰਮ ਵੀ ਇੱਥੇ ਦਵਿੰਦਰ ਸਿੰਘ ਮਸ਼ਕਾਬਾਦ, ਉਹ ਕਹਿੰਦੇ ਵੀ ਜਿਹੜਾ ਰੇਨ ਵਾਟਰ ਹੈ, ਅਗਰ ਉਹਨੂੰ ਤੁਸੀਂ 2-4 ਵਿੱਘੇ ਜਾਂ 1 ਏਕੜ ਦਾ ਪੌਂਡ ਬਣਾ ਲੈਂਦੇ ਹੋ, ਉੱਥੇ ਪੌਂਡ ਆਧਾਰਿਤ ਖੇਤੀਬਾੜੀ ਕੀਤੀ ਜਾਵੇ, ਉਹਦੇ 'ਚ ਉਸ ਪੌਂਡ ਦੇ ਵਿੱਚ ਫਿਸ਼ਰੀ ਦਾ ਕੰਮ ਕੀਤਾ ਜਾਵੇ ਜਾਂ ਹੋਰ ਪਾਣੀ ਵਾਲੀਆਂ ਫਸਲਾਂ ਉਗਾਈਆਂ ਜਾਣ, ਉਸ ਦੇ ਵਿੱਚ ਫਿਰ ਸੂਰਜੀ ਊਰਜਾ ਦੇ ਨਾਲ ਹੀ ਉਸ ਪਾਣੀ ਨੂੰ ਖੇਤਾਂ ਲਈ ਵਰਤਿਆ ਜਾ ਸਕਦਾ, ਯਾਨੀ ਕਿ ਜਿਹੜਾ ਮੀਂਹ ਦਾ ਪਾਣੀ ਹੈ ਉਹਦੇ ਪੌਂਡ ਬਣਨ। ਪਰ ਪਿੰਡਾਂ ਦੇ ਟੋਭੇ ਤਾਂ ਅਸੀਂ ਸਾਫ਼ ਨਹੀਂ ਕਰਦੇ, ਹਾਲਾਂਕਿ ਤਲਾਬ ਪ੍ਰਣਾਲੀ ਇੱਕ ਪ੍ਰਧਾਨ ਮੰਤਰੀ ਯੋਜਨਾ 'ਚ ਆਈ, ਪਰ ਕਿੰਨੀ ਕੁ ਸਕਸੈਸ ਹੈ, ਪਿੰਡਾਂ ਦੇ ਟੋਭੇ ਗਰਕਣ ਬਣੇ ਪਏ ਨੇ, ਕੋਈ ਮੱਝਾਂ ਨਹਾਉਣ ਲਈ ਨਹੀਂ ਵੜਦੀਆਂ, ਬਲਕਿ ਉਹ ਬਿਮਾਰੀ ਦਾ ਘਰ ਬਣ ਚੁੱਕੇ ਨੇ। ਕਿਉਂਕਿ ਅਗਰ ਅੱਗੇ ਕੋਈ ਵੀ ਮੇਲਾ, ਭਾਵੇਂ ਜਰਗ ਦਾ ਮੇਲਾ ਜਾਂ ਹੋਰ ਮੇਲਾ, ਉੱਥੇ ਮਿੱਟੀ ਕੱਢਦੇ ਸੀ, ਉਹਦਾ ਲੌਜਿਕ ਇਹੀ ਸੀ ਕਿ ਟੋਭਿਆਂ 'ਚੋਂ ਮਿੱਟੀ ਕੱਢੋ ਅਤੇ ਟਿੱਲਾ ਬਣਾਓ, ਟਿੱਲਾ ਪੂਜਿਆ ਜਾਂਦਾ ਸੀ ਅਤੇ ਮਿੱਟੀ ਕੱਢੀ ਜਾਂਦੀ ਸੀ, ਤਾਂ ਜੋ ਉਹ ਜਿਹੜੇ ਟੋਭੇ ਨੇ ਉਹਨਾਂ ਦਾ ਜਿਹੜਾ ਜੱਕ ਬਣੀ ਹੋਈ ਹੈ ਪਾਣੀ ਨੂੰ ਰੀਚਾਰਜ ਤੋਂ ਰੋਕਣ ਦੀ, ਉਹ ਟੁੱਟੇ। ਸੋ ਇਸ ਕਰਕੇ ਮੀਹਾਂ ਦਾ ਪਾਣੀ ਹੈ, ਸ਼ਹਿਰਾਂ 'ਚ ਇਹ ਚੀਜ਼ਾਂ ਪੇਪਰਾਂ 'ਚ ਹੈਗੀਆਂ ਕਿ ਤੁਸੀਂ ਘਰ ਬਣਾਉਂਦੇ ਹੋ, ਨਾਲ ਤੁਸੀਂ ਜਿਹੜਾ ਟਿਊਬਵੈੱਲ ਦਾ ਬੋਰ ਕਰੋ ਤਾਂ ਜੋ ਜਿਹੜਾ ਤੁਹਾਡਾ ਛੱਤਾਂ ਦਾ ਪਾਣੀ ਹੈ ਉਹ ਸਿੱਧਾ ਧਰਤੀ 'ਚ ਜੀਰੇ, ਪਰ ਉਹ ਚੀਜ਼ਾਂ ਨਹੀਂ ਹੋ ਰਹੀਆਂ, ਵਾਟਰ ਕਲਟੀਵੇਸ਼ਨ ਅਸੀਂ ਨਹੀਂ ਕਰ ਰਹੇ। ਇਸ ਤੋਂ ਵੀ ਜਿਹੜੀ ਹੈ ਨਾ ਗੰਭੀਰ ਸਮੱਸਿਆ ਪਰਮਿੰਦਰ, ਇੱਥੇ ਇਹ ਵੀ ਸਵਾਲ ਖੜਾ ਹੁੰਦਾ ਵੀ ਕੌਣ ਡੂਬੇਗਾ, ਕਿਸੇ ਪਾਰ ਉਤਰਨਾ ਹੈ ਜਾਫਰ, ਬਿਲਕੁਲ ਫੈਸਲਾ ਵਕਤ ਕੇ ਦਰਿਆ ਮੇ ਉਤਰ ਕਰ ਹੋਗਾ। ਸਹੀ ਗੱਲ, ਇਹ ਲੋਕਾਂ ਨੂੰ ਜ਼ਮੀਨੀ ਹਕੀਕਤ ਵੱਲ ਉਤਰਨਾ ਪੈਣਾ, ਕਿਉਂਕਿ ਜਿਹੜੇ ਇਸ ਜਿਹੜੇ 132 ਬਲਾਕ ਨੇ ਨਾ, ਇਹਦੇ ਵਿੱਚ 33 ਅਜਿਹੇ ਨੇ ਜਿਹੜੇ ਕਿ 2% ਤੋਂ ਵੀ ਵੱਧ ਪਾਣੀ ਖਿੱਚ ਰਹੇ ਨੇ ਥੱਲੇ, ਉਹ ਰੀਚਾਰਜ ਨਹੀਂ ਹੋ ਰਿਹਾ। ਇਸੇ ਤਰ੍ਹਾਂ ਜਿਹੜੇ ਹੈਗੇ ਆ, ਜਿਵੇਂ 132 ਤਾਂ 100% ਕੱਢ ਹੀ ਰਹੇ, ਉਹਨਾਂ 'ਚ ਜਿਹੜਾ 33 ਨੇ ਉਹ ਇਦੋਂ ਵੀ ਥੱਲੇ ਜਾ ਕੇ 200% ਤੱਕ ਚਲੇ ਗਏ ਆ, ਉਹ ਪਾਣੀ ਗਰਾਊਂਡ ਵਾਟਰ ਯੂਟੀਲਾਈਜ਼ ਕਰ ਰਹੇ ਆ। ਇਸੇ ਤਰ੍ਹਾਂ ਜਿਹੜੇ 16 ਹੋਰ ਬਲਾਕਸ ਨੇ, ਉਹ ਤਕਰੀਬਨ 250% ਪਾਣੀ ਥੱਲੇ ਉਹ ਕੱਢ ਰਹੇ ਨੇ, ਤੇ ਕੁਛ ਬਲਾਕ ਅਜਿਹੇ ਵੀ ਨੇ ਜਿਹੜੇ 300% ਤੋਂ ਵੀ ਵੱਧ ਪਾਣੀ ਥੱਲੇ ਕੱਢ ਰਹੇ ਆ। ਇਹ ਜ਼ਿਆਦਾ ਸਮੱਸਿਆ ਸੰਗਰੂਰ 'ਚ ਜਿਹੜੀ ਹੈਗੇ ਆ, ਬਹੁਤੇ ਬਲਾਕ ਇੱਦਾਂ ਦੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਆ, ਜਿਹੜਾ ਸੀਐਮ ਭਗਵੰਤ ਮਾਨ ਦਾ ਆਪਣਾ ਜ਼ਿਲ੍ਹਾ, ਤੇ ਜਿਹੜੇ ਇਸ ਨਹਿਰੀ ਪਾਣੀ ਬਾਰੇ ਉਸ ਤਰ੍ਹਾਂ ਦੀ ਯੋਜਨਾਬੰਦ ਤਰੀਕੇ ਨਾਲ ਜੇ ਕੋਈ ਯੋਜਨਾ ਬਣਨੀ ਚਾਹੀਦੀ ਆ, ਉਹਦੇ ਵੱਲ ਕਿਸਾਨ ਜਥੇਬੰਦੀਆਂ ਵੀ ਕੋਈ ਲਾਮਬੰਦ ਹੋ ਕੇ ਸੋਚ ਨਹੀਂ ਰਹੀਆਂ। ਬਿਲਕੁਲ, ਕਿਉਂਕਿ ਲੋਕੀ ਐਸੇ ਹੁਣ ਇਹਨਾਂ ਨੇ ਮੋਹ ਪਾ ਤਾ ਹੈਗਾ ਸਬਸਿਡੀਜ਼ ਦੇ ਵਿੱਚ, ਫ੍ਰੀ ਕਲਚਰ ਦੇ ਵਿੱਚ ਪੰਜਾਬ 'ਚ, ਉਹਦੇ ਨਾਲ ਇੱਕ ਤਾਂ ਆਪਣੀ ਜਿਹੜੀ ਇਕੋਨਮੀ ਆ ਪੰਜਾਬ ਦੀ ਉਹ ਬੁਰੀ ਤਰ੍ਹਾਂ ਸਲਾਈਡ ਕਰ ਰਹੀ ਆ, ਕਾਬੂ ਤੋਂ ਬਾਹਰ ਹੋ ਰਹੀ ਆ।
अपने जो वे अदारे है, चाहे मंडी बोर्ड आ, चाहे मार्कफेड आ, चाहे पावर कारपोरेशन आ, ये सारे बहुत वे वित्तीय संकट चो निकल रहे हैं। सारिया ते ही तकरीबन काफ़ी कर्जा चक चक के वो किसी होर कमां लई सरकार ने वरत्या हैगा, चाहे उस बिल्कुल बार प्रकाश सिंह बादल की सरकार सी, चाहे कैप्टन अमरिंदर सिंह की सरकार रही है। ਉਹੀ ਕੰਮ ਹੁਣ ਪ੍ਰੈਜ਼ੈਂਟ ਜਿਹੜੀ ਆਪ ਗਵਰਨਮੈਂਟ ਆ ਅੰਡਰ ਲੀਡਰਸ਼ਿਪ ਆਫ ਭਗਵੰਤ ਮਾਨ, ਉਹ ਵੀ ਆਹੀ ਕੰਮ ਕਰ ਰਿਹਾ ਕਿ ਪੰਜਾਬ ਦਾ ਜਿਹੜਾ ਆਪਣੀ ਇੱਥੇ ਜਿਸ ਤਰ੍ਹਾਂ ਵਿੱਤੀ ਸਥਿਤੀ ਹੋਣੀ ਚਾਹੀਦੀ ਸੀ ਉਹ ਜੀ ਦਿਨ ਪਰ ਦਿਨ ਖਿਸਕਦੀ ਜਾ ਰਹੀ ਹੈ। ਬਿਲਕੁਲ ਇਸ ਕਰਕੇ ਜਿਹੜਾ ਪੰਜਾਬ ਦੀ ਧਰਤੀ ਵਿੱਚ ਆਉਣ ਵਾਲੇ ਅਗਲੇ 18 ਸਾਲਾਂ ਵਿੱਚ ਜੇ ਇਸੇ ਤਰ੍ਹਾਂ ਵਰਤਾਰਾ ਚੱਲਦਾ ਰਿਹਾ ਤੇ 10.83% ਆਪਣਾ ਜਿਹੜਾ ਪਾਣੀ ਆ ਮਿਲੀਅਨ ਏਕੜ ਫੀਟ ਉਹਦੀ ਮਕਦਾਰ ਘਟਦੀ ਗਈ ਤਾਂ ਆਪਣੀ ਤੀਜੀ ਲੇਅਰ ਤੇ ਵੀ ਜਾ ਕੇ ਪਾਣੀ ਰਹਿਣਾ ਨਹੀਂ। ਜਿਹੜਾ ਪਾਣੀ ਬਚੂਗਾ ਉਹ ਨਾ ਤਾਂ ਪੀਣ ਯੋਗ ਆ ਜੀ ਤੇ ਨਾ ਉਸ ਨੂੰ ਸਿੰਚਾਈ ਲਈ ਖੇਤਾਂ ਦੇ ਵਰਤਿਆ ਜਾ ਸਕਦਾ। ਬਿਲਕੁਲ ਬਿਲਕੁਲ ਤੁਹਾਡੇ ਸਾਹਮਣੇ ਦੇਖੋ ਵੀ ਪਾਣੀ ਇੱਕ ਵਾਤਾਵਰਨ ਦਾ ਅਹਿਮ ਹਿੱਸਾ ਹੈਗਾ। ਇਸੇ ਤਰ੍ਹਾਂ ਜਿਹੜਾ ਜੀਰਾ ਫੈਕਟਰੀ ਦਾ ਇਸ਼ੂ ਹੈਗਾ ਬਿਲਕੁਲ ਉਹ ਉਹ ਦੇਖੋ ਕੀ ਲੰਬੇ ਚਿਰ ਰਿਪੋਰਟ ਆਈ। ਉਠਾਇਆ ਜਾ ਰਿਹਾ ਸੀ ਪਰ ਸਰਕਾਰਾਂ ਨੇ ਉਹਦੇ ਵੱਲ ਧਿਆਨ ਨਹੀਂ ਦਿੱਤਾ ਕਿਉਂਕਿ ਪੰਜਾਬ ਦਾ ਜਿਹੜਾ ਪੋਲਿਊਸ਼ਨ ਕੰਟਰੋਲ ਬੋਰਡ ਆ ਉਹ ਆਪਣੇ ਵੱਲੋਂ ਜਿਸ ਤਰ੍ਹਾਂ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਸੀ ਉਹ ਨਹੀਂ ਨਿਭਾ ਰਹੇ। ਜਦਕਿ ਹੁਣ ਤਾਂ ਇੱਕ ਮੈਂਬਰ ਪਾਰਲੀਮੈਂਟ ਆਪ ਜਿਹੜਾ ਹੈਗਾ ਇਨਵਾਇਰਮੈਂਟ ਲਈ ਜਾਣਿਆ ਜਾਂਦਾ, ਉਸਦੇ ਬਾਵਜੂਦ ਹੁਣ ਜਦੋਂ ਸੈਂਟਰਲ ਪੋਲਿਊਸ਼ਨ ਕੰਟਰੋਲ ਬੋਰਡ ਦੀ ਟੀਮ ਆਈ ਉਹਨਾਂ ਨੇ ਡੀਪਲੀ ਸਟੱਡੀ ਕੀਤਾ ਕਿ ਜਿਹੜੀ ਜ਼ੀਰੇ ਡਿਸਟਿਲਰੀ ਲੱਗੀ ਹੋਈ ਆ ਉਹਨਾਂ ਨੇ ਇੱਕ ਥੋੜੇ ਜਿਹੇ ਹਿੱਸੇ ਦੇ ਵਿੱਚ 25 ਬੋਰ ਲਾਏ ਹੋਏ ਸੀਗੇ ਜਿਹਦੇ ਰਾਹੀਂ ਉਹਨਾਂ 'ਚ ਰਿਵਰਸ ਬੋਰਿੰਗ ਕਰਕੇ ਉਹ ਪਾਣੀ ਗਰਾਊਂਡ 'ਚ ਸੁੱਟਿਆ ਜਾ ਰਿਹਾ ਸੀ। ਉਹ ਬਹੁਤੀ ਡੰਘਾਈ 'ਚ ਨਹੀਂ ਸੀ ਸੁੱਟਿਆ ਜਾ ਰਿਹਾ, ਉਹ ਤਕਰੀਬਨ ਸਰਫਸ ਲੈਵਲ 'ਤੇ ਹੀ ਪਾਣੀ ਸੁੱਟਿਆ ਗਿਆ। ਉਹਦੇ ਨਾਲ ਇਹ ਹੋਇਆ ਕਿ ਉਸ ਇਲਾਕੇ ਦੇ ਤਕਰੀਬਨ 40 ਪਿੰਡ ਜਿਹੜੇ ਨੇ ਅੱਜ ਉਹ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਨੇ, ਉੱਥੋਂ ਦਾ ਪਾਣੀ ਪੀਣ ਯੋਗ ਨਹੀਂ ਰਿਹਾ ਅਕੋਰਡਿੰਗ ਟੂ ਦੈਟ ਰਿਪੋਰਟ, ਅਤੇ ਜਿਹੜਾ ਉੱਥੋਂ ਦਾ ਵਾਤਾਵਰਨ ਉਹ ਬਹੁਤ ਬੁਰੀ ਤੱਕ ਪ੍ਰਭਾਵਿਤ ਹੋ ਚੁੱਕਿਆ ਹੈਗਾ ਅਤੇ ਉਹ ਲੋਕਾਂ ਦੀ ਇਨਸਾਨੀ ਜ਼ਿੰਦਗੀ ਦੇ ਲਈ ਵੀ ਇੱਕ ਖਤਰਾ ਬਣ ਕੇ ਉੱਭਰ ਰਿਹਾ। ਬਿਲਕੁਲ, ਪਰ ਉਸਦੇ ਬਾਵਜੂਦ ਜਦੋਂ ਇਹ ਇਸ਼ੂ ਉੱਠਿਆ ਸੀ ਤਾਂ ਜ਼ੀਰਾ ਫੈਕਟਰੀ ਨੂੰ ਪੰਜਾਬ ਸਰਕਾਰ ਨੇ 20 ਕਰੋੜ ਦਾ ਮੁਆਵਜ਼ਾ ਦਿੱਤਾ ਸੀ ਕਿ ਜਿਹੜਾ ਕਿਸਾਨਾਂ ਤੇ ਬੈਠਣ ਕਰਕੇ ਤੁਹਾਡੀ ਫੈਕਟਰੀ ਦਾ ਕੰਮ ਰੁਕਿਆ ਹੋਇਆ। ਬਿਲਕੁਲ, ਇਹ ਜਿਹੜੀਆਂ ਫੈਕਟਰੀਜ਼ ਹੈ ਨਾ ਬਹੁਤੀਆਂ ਪੰਜਾਬ 'ਚ ਇਹ ਪਰਮਿੰਦਰ ਫਰਟਾਈਲ ਲੈਂਡ 'ਤੇ ਲਾਈਆਂ ਹੋਈਆਂ ਨੇ, ਵਸੋਆਂ ਦੇ ਵਿੱਚ ਜਾ ਕੇ ਫੈਕਟਰੀਆਂ ਲਾਈਆਂ ਹੋਈਆਂ ਜਿਹੜੀ ਕਿ ਅਗੇਂਸਟ ਦਾ ਨੈਚੁਰਲ ਜਸਟਿਸ ਦੇ ਲਾਸ ਦੇ ਉਲਟ ਆ, ਕਿਉਂਕਿ ਫੈਕਟਰੀਜ਼ ਜਿਹੜੀਆਂ ਇਸ ਤਰ੍ਹਾਂ ਦੀਆਂ ਨੇ ਖਾਸ ਕਰ ਇਹ ਉਸ ਥਾਵਾਂ 'ਤੇ ਲਾਉਣੀਆਂ ਚਾਹੀਦੀਆਂ ਨੇ ਜਿਹੜੇ ਨੋਨ ਫਰਟਾਈਲ ਲੈਂਡ ਆ ਅਤੇ ਪਾਪੂਲੇਸ਼ਨ ਤੋਂ ਉਹ ਦੂਰ ਨੇ ਏਰੀਆ। ਪਰ ਆਪਾਂ ਦੇਖ ਰਹੇ ਹਾਂ ਕਿ ਜਿੰਨੀਆਂ ਡਿਸਟਿਲਰੀ 25 ਦੇ ਕਰੀਬ ਡਿਸਟਿਲਰੀਜ਼ ਨੇ ਪੰਜਾਬ 'ਚ ਉਹ ਸਾਰੀਆਂ ਹੀ ਚਾਹੇ ਰਾਜਪੁਰੇ ਹੋਣ ਚਾਹੇ ਡੇਰਾ ਬੱਸੀ ਹੋਣ ਚਾਹੇ ਉੱਧਰ ਗੁਰਦਾਸਪੁਰ 'ਚ ਨੇ ਚਾਹੇ ਦੁਆਬੇ ਦੇ ਸੈਕਟਰ 'ਚ ਨੇ, ਇੱਕ ਤਾਂ ਇਹ ਸਾਰੀਆਂ ਧਨਾੜ ਬੰਦਿਆਂ ਦੀਆਂ ਹੈਗੀਆਂ, ਬਹੁਤੇ ਉਹਨਾਂ 'ਚ ਪੋਲੀਟੀਸ਼ੀਅਨਸ ਨੇ, ਕਿਉਂਕਿ ਪਾਣੀ ਬਾਰੇ ਰਿਪੋਰਟ ਜਿਹੜੀ ਸੀ ਉਹਨਾਂ ਦੀ ਪੰਜਾਬ ਵਿਧਾਨ ਸਭਾ ਦੇ ਵਿੱਚ ਅਕਰੋਸ ਪਾਰਟੀ ਲਾਈਨਸ ਇੱਕ ਟੀਮ ਬਣੀ ਸੀ ਜਿਹੜੀ ਟੀਮ ਮੁੜ ਕੇ ਸਕਾਟਲੈਂਡ ਗਈ ਸੀ ਕਿਉਂਕਿ ਸਕਾਟਲੈਂਡ ਵਿੱਚ ਵੀ ਕਾਫੀ ਜਿਹੜੀਆਂ ਹੈਗੀਆਂ ਨੇ ਡਿਸਟਿਲਰੀਜ਼ ਲੱਗੀਆਂ ਹੋਈਆਂ ਤੇ ਸਕਾਟਲੈਂਡ ਸ਼ਰਾਬ ਕਰਕੇ ਜਾਣਿਆ ਵੀ ਜਾਂਦਾ। ਉੱਥੇ ਜਾ ਕੇ ਉਹ ਸਟੱਡੀ ਕਰਕੇ ਆਏ ਸੀ, ਉਹਨਾਂ ਨੇ ਜਿਹੜੀ ਡਿਟੇਲਡ ਰਿਪੋਰਟ ਆ ਉਹ ਪੰਜਾਬ ਦੀ ਵਿਧਾਨ ਸਭਾ ਨੂੰ 2010 ਦੇ ਵਿੱਚ ਪੇਸ਼ ਕੀਤੀ ਸੀ, ਪਰ ਉਸ ਤੋਂ ਬਾਅਦ ਕਦੀ ਉਸ 'ਤੇ ਕੋਈ ਕਾਰਵਾਈ ਨਹੀਂ ਹੋਈ। ਉਹਦੇ ਵਿੱਚ ਜ਼ੀਰਾ ਫੈਕਟਰੀ ਦਾ ਵੀ ਜ਼ਿਕਰ ਸੀਗਾ ਕਿ ਇਹ ਫੈਕਟਰੀ ਜਿਹੜੀ ਆ ਅਗੇਂਸਟ ਦਾ ਨੋਰਮਸ ਚੱਲ ਰਹੀ ਆ ਤੇ ਇਹਨੂੰ ਇਸ ਫੈਕਟਰੀ ਨੂੰ ਬੰਦ ਕਰਨਾ ਚਾਹੀਦਾ। ਇਸੇ ਤਰ੍ਹਾਂ ਉਹਨਾਂ ਨੇ ਹੋਰ 10 ਫੈਕਟਰੀਆਂ ਦਾ ਵੀ ਜ਼ਿਕਰ ਕੀਤਾ ਸੀ, ਪਰ ਉਹ ਰਿਪੋਰਟ ਜਿਹੜੀ ਆ ਕਦੀ ਪਬਲਿਕ ਡੋਮੇਨ 'ਚ ਨਹੀਂ ਆਈ, ਨਾ ਉਹਦੇ 'ਤੇ ਗਵਰਨਮੈਂਟ ਨੇ ਕੋਈ ਐਕਸ਼ਨ ਟੇਕਿੰਗ ਅੱਗੇ ਸਟੈਪਸ ਵਧਾਏ ਜੀ। ਇਸ ਕਰਕੇ ਜਿੱਦਾਂ ਦਾ ਜੀਰੇ ਦਾ ਇਸ਼ੂ ਹੈ ਥਾਂ ਥਾਂ 'ਤੇ ਪੰਜਾਬ ਦਾ ਇਸ਼ੂ ਹੈਗਾ, ਚਾਹੇ ਉਹ ਲੁਧਿਆਣੇ ਦੀ ਇੰਡਸਟਰੀ ਦੇਖ ਲਓ, ਚਾਹੇ ਜਲੰਧਰ ਦੀ ਤੁਸੀਂ ਲੈਦਰ ਇੰਡਸਟਰੀ ਦੇਖ ਲਓ, ਇਸੇ ਤਰ੍ਹਾਂ ਬਾਕੀ ਥਾਵਾਂ 'ਤੇ ਵੀ ਜਿੱਥੇ ਫੈਕਟਰੀਆਂ ਲੱਗੀਆਂ ਹੋਈਆਂ ਨੇ ਉਹ ਜਿਹੜੇ ਫੈਕਟਰੀ ਦੇ ਮਾਲਕ ਆ ਉਹ ਕਿਤੇ 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 ਵੀ ਮਤਲਬ ਕਿ ਬਹੁਤੇ ਵੱਡੇ ਪੱਧਰ 'ਤੇ ਜਿਹੜਾ ਉਹਨਾਂ ਦਾ ਟੌਕਸਿਕ ਮਟੀਰੀਅਲ ਹੈਗਾ ਵੇਸਟ
ਉਹਨੂੰ ਵਿਦਾਊਟ ਟ੍ਰੀਟਮੈਂਟ ਉਹ ਵਾਪਸ ਗਰਾਊਂਡ 'ਚ ਜਾਂ ਸਾਡੇ ਨਾਲਿਆਂ ਦੇ ਵਿੱਚ ਸੁੱਟ ਰਹੇ ਨੇ। ਇਹ ਬਿਲਕੁਲ ਇਹ ਜੇ ਵਰਤਾਰਾ ਨਾ ਰੋਕਿਆ ਗਿਆ ਤਾਂ ਇਸ ਦੇ ਆਪਾਂ ਨੂੰ ਬਹੁਤ ਭਿਅੰਕਰ ਸਿੱਟੇ ਭੁਗਤਣੇ ਪੈਣੇ ਨੇ, ਕਿਉਂਕਿ ਫੈਕਟਰੀ ਤਾਂ ਬਾਹਰਲੇ ਕੰਟਰੀਆਂ 'ਚ ਵੀ ਲੱਗੀਆਂ ਨੇ, ਉਹਨਾਂ ਦੀ ਸਾਰੀ ਇਨਕਮ ਦਾ ਆਧਾਰ ਵੀ ਕਈ ਥਾਵਾਂ 'ਤੇ ਤਾਂ ਫੈਕਟਰੀਜ਼ ਨੇ, ਪਰ ਆਪਾਂ ਉੱਥੇ ਕਿਤੇ ਵੀ ਨਹੀਂ ਸੁਣ ਰਹੇ ਜਿਹੜਾ ਵੈਸਟਰਨ ਵਰਲਡ ਆ ਉੱਥੇ ਇਨਵਾਇਰਮੈਂਟ ਨੂੰ ਦਾ ਤੇ ਲਾ ਕੇ ਉਹ ਫੈਕਟਰੀਆਂ ਚੱਲ ਰਹੀਆਂ ਹੋਣ। ਹਾਂ, ਇੱਦਾਂ ਇਸ਼ੂ ਨਜ਼ੀਰੀਆ 'ਚ ਹੈਗੇ ਨੇ ਜਿੱਥੇ ਕਿ ਵੱਡੀਆਂ ਆਇਲ ਗੈਸ ਕੰਪਨੀਜ਼ ਨੇ, ਉਹਦੇ ਬਾਰੇ ਵੀ ਉੱਥੋਂ ਦੇ ਲੋਕ ਬੜੇ ਲੰਮੇ ਚਿਰ ਤੋਂ ਲੜਾਈ ਲੜ ਰਹੇ ਨੇ। ਬਿਲਕੁਲ, ਇਸ ਤਰ੍ਹਾਂ ਦੇ ਜਿਹੜੇ ਵਰਤਾਰੇ ਨੇ ਬਹੁਤੇ ਅੰਡਰ ਡਿਵੈਲਪਡ ਨੇਸ਼ਨਸ ਦੇ ਵਿੱਚ ਜ਼ਿਆਦਾ ਨੇ, ਜਿਹੜੀਆਂ ਫੁੱਲੀ ਡਿਵੈਲਪਡ ਨੇਸ਼ਨਸ ਨੇ ਜਿਹੜੀਆਂ ਕਿ ਲੋਕ ਪੱਖੀ ਉਸ ਨੀਤੀਆਂ ਦੇ ਨਾਲ ਚੱਲ ਕੇ ਉਹ ਆਪਣੇ ਇਨਵਾਇਰਮੈਂਟ ਦਾ ਬੈਲੈਂਸ ਰੱਖ ਰਹੇ ਨੇ। ਬਿਲਕੁਲ, ਪਰ ਗੱਲ ਇਹ ਹੈ ਨਾ ਗਿੱਲ ਸਾਹਿਬ, ਐਨ ਜੀ ਓ ਬਣਾ ਕੇ ਇਹਨਾਂ ਮੁੱਦਿਆਂ ਦੀ ਬਿਨਾਹ 'ਤੇ ਸਿਆਸਤਦਾਨ ਚਮਕ ਜਾਂਦੇ ਨੇ। ਬਾਬਾ ਬੂਝਾ ਸਿੰਘ ਬਾਰੇ ਲਿਖਿਆ ਸੀ ਇੱਕ ਤੁਕੀਆ ਬੋਲੀ ਜਗਸੀਰ ਜੀਦਾ ਦੀ, ਕਾ ਬਾਬੇ ਬੂਝੇ ਜਿਹਾ ਬੋਹੜ ਜਿਹਨਾਂ ਵੱਢਿਆ ਵੱਢਿਆ ਅਤੇ ਨੰਨੀ ਛਾਂ ਦੇ ਰੁੱਖ ਵੰਡ ਦੇ। ਜਾਲੀ ਇਨਕਾਊਂਟਰ ਹੋਇਆ ਸੀ ਬਾਬਾ ਬੂਝਾ ਸਿੰਘ ਦਾ, ਪੁਲਿਸ ਇਨਕਾਊਂਟਰ ਪਹਿਲਾ ਇਨਕਾਊਂਟਰ ਸੀਗਾ। ਉਸ ਤੋਂ ਬਾਅਦ ਸੀਚੇਵਾਲ ਸਾਹਿਬ ਪਾਣੀਆਂ ਦਾ ਮਸਲਾ ਲੈ ਕੇ ਸਿਆਸਤਦਾਨ ਬਣ ਗਏ, ਵਿਕਰਮ ਸਾਨੀ ਸੱਭਿਆਚਾਰ ਦਾ ਮਸਲਾ ਲੈ ਕੇ ਬਣ ਗਏ, ਤੇਜਾ ਰਹੇਲਾ ਤੋਂ ਭਗਵੰਤ ਮਾਨ ਪਾਣੀਆਂ ਦਾ ਫਿਕਰ ਕਰਕੇ CM ਬਣ ਗਏ। ਇਹ ਤਾਂ ਬਹੁਤ ਸਾਰੇ ਸਿਆਸਤਦਾਨ ਨੇ, ਪਰ ਜਿਹੜੇ ਸੁਚੇਤ ਮੁਲਕ ਨੇ ਅਤੇ ਉਹ ਇਹਨਾਂ ਚੀਜ਼ਾਂ ਨੂੰ ਰੋਕਦੇ ਆ। ਅਤੇ ਆਪਾਂ ਥੋੜ੍ਹਾ ਜਿਹਾ ਪੰਜਾਬ ਦੀ ਅਗਰ ਗੱਲ ਕਰੀਏ, ਆਪਾਂ ਉਸ ਪਾਸੇ ਵੀ ਆਵਾਂਗੇ। ਇਸ ਫੇਕ ਇਨਕਾਊਂਟਰਾਂ ਦੀ ਸ਼ੁਰੂਆਤ ਬੂਝਾ ਸਿੰਘ ਤੋਂ ਹੁੰਦੀ ਸੀ, ਬਾਬਾ ਬੂਝਾ ਸਿੰਘ ਤੋਂ, ਵੀ ਉਹਨਾਂ 'ਤੇ ਇੱਕ ਸੰਸਥਾ ਬਣ ਰਹੀ ਹੈ। ਉਸ ਤੋਂ ਪਹਿਲਾਂ ਥੋੜ੍ਹਾ ਜਿਹਾ ਮੈਂ ਲਵਾਂਗਾ ਤੁਹਾਡਾ ਧਿਆਨ ਕਿ ਜਿਹੜਾ ਪਿਛਲੇ ਦਿਨਾਂ ਤੋਂ ਪੰਜਾਬ ਦੇ ਵਿੱਚ ਭਈਆ ਬਨਾਮ ਸਿੱਖ, ਭਈਆ ਬਨਾਮ ਸਰਦਾਰ ਇਸ਼ੂ ਮੰਗਿਆ ਜਾਂ ਮੰਗਾਇਆ ਗਿਆ ਪਿੰਡਾਂ ਤੱਕ ਸੱਥਾਂ ਤੱਕ, ਇਹ ਬਹਿਸ ਮੁਹਾਸਾ ਚੱਲ ਰਿਹਾ। ਕਈ ਪ੍ਰਵਾਸੀਆਂ ਨੂੰ ਜਦੋਂ ਮੈਂ ਪੁੱਛਿਆ, ਉਹ ਅੰਦਰੋਂ ਅੰਦਰੀ ਸੁਲਗ ਰਹੇ ਨੇ, ਅਤੇ ਜਿੱਥੇ ਪੰਜਾਬੀ ਪੰਜਾਬ ਤੋਂ ਬਾਹਰ ਨੇ ਉਹਨਾਂ ਨੂੰ ਤੌਖਲੇ ਖੜ੍ਹੇ ਹੋ ਰਹੇ ਨੇ। ਗੱਲ ਇੱਕ ਨਿੱਕੂ ਜੀ ਸੀ, ਤੁਹਾਡੇ ਤਰੀਕੇ ਪਿੰਡ ਤੋਂ ਸ਼ੁਰੂ ਹੋਇਆ ਸੀ ਇਹ ਮਾਮਲਾ, ਪੂਰੇ ਪੰਜਾਬ 'ਚ ਚਰਚਾ 'ਚ ਹੋ ਗਿਆ। ਕੁਛ ਪੋਰਟਲ 'ਤੇ ਜਿਵੇਂ ਹੁਣ ਆਪਣਾ ਟਵਾਣਾ ਰੇਡੀਓ ਪੇਜ ਹੈ, ਆਪਾਂ ਇਹ ਨਿਊਜ਼ ਪਾਉਂਦੇ ਹਾਂ ਤਾਂ ਬਹੁਤ ਵਾਸਟ ਜਾਂਦੀ ਹੈ। ਜਦੋਂ ਤੁਸੀਂ ਭਈਆਂ ਦੇ ਖਿਲਾਫ਼ ਬੋਲਦੇ ਹੋ ਤਾਂ ਇਸ਼ੂ ਬਹੁਤ ਹੌਟ ਜਾਂਦਾ ਹੈ, ਇਸ ਕਰਕੇ ਕਈ ਬੰਦੇ ਆਪਣੇ ਆਪ ਇਸ ਦੇ ਵਿੱਚ ਆਈ ਜਾਂਦੇ ਨੇ, ਲਾਈਕਸ ਮਿਲਦੇ ਨੇ। ਇਹ ਜਿਹੜਾ ਹਿੰਦੂ ਸਿੱਖ ਮੁਸਲਿਮ, ਇਹ ਜਿਹੜੇ ਝਗੜੇ ਭਈਆ ਬਨਾਮ ਪੰਜਾਬ, ਜਿਹੜੇ ਝਗੜੇ ਖੜ੍ਹੇ ਹੋ ਰਹੇ ਨੇ, ਕਿੱਦਾਂ ਵੇਖਦੇ ਉਹਨੂੰ ਪੰਜਾਬ ਜਾਂ ਇਸ 'ਤੇ ਪੰਜਾਬ ਦੀ ਸਥਿਤੀ ਦੇ ਮੁਤਲਕ ਜੀ? ਆਪਣੇ ਨਾ ਜਿਹੜਾ ਪੰਜਾਬ 'ਚ ਇੱਕ ਬਹੁਤ ਦੇਰ ਤੋਂ ਇੱਕ ਕਲਚਰ ਬਣ ਗਿਆ ਹੈ ਜਿਹੜਾ ਕਿ ਫਾਲਸ ਐਕਟਿਵਿਜ਼ਮ 'ਤੇ ਆਧਾਰਿਤ ਆ। ਇਹ ਨਹੀਂ ਸੋਚ ਰਹੇ ਕਿ ਰੁੱਖਾਂ ਦੇ ਉਜਾੜੇ ਲਈ ਹਰ ਵਾਰ ਹਵਾ ਦੋਸ਼ੀ ਨਹੀਂ ਹੁੰਦੀ, ਕਈ ਵਾਰ ਜੜ ਵੀ ਸਾਫ ਛੱਡ ਜਾਂਦੀ ਆ। ਬਿਲਕੁਲ, ਕਿਉਂਕਿ ਪੰਜਾਬ ਦੀ ਅਪਲਿਫਟਮੈਂਟ ਵਿੱਚ ਪ੍ਰਵਾਸੀ ਮਜ਼ਦੂਰਾਂ ਦਾ ਬਹੁਤ ਵੱਡਾ ਹੱਥ ਆ। ਸਾਡੇ ਜਿਹੜੇ ਕਾਮੇ ਸੀ ਉਹ ਕੰਮ ਦੀ ਉਤਰ ਕੇ ਭੁੱਲ ਗਏ ਉਸ ਫਿਤਰਤ ਨੂੰ, ਜਿਹੜੀ ਇੱਥੇ ਡਿਗਨਿਟੀ ਆਫ ਲੇਬਰ ਆ ਉਹ ਕਲੈਪਸ ਕਰ ਗਈ, ਜਿਹਦਾ ਵੈਕਿਊਮ ਭਰਨ ਲਈ ਪ੍ਰਵਾਸੀ ਇੱਥੇ ਆਏ ਨੇ। ਜਿਵੇਂ ਆਪਾਂ ਇੱਥੋਂ ਪ੍ਰਵਾਸ ਕਰ ਰਹੇ ਹਾਂ, ਆਪਣੇ ਬੰਦੇ ਤਕਰੀਬ 1,50,000 ਕਰੀਬ ਬੰਦਾ ਹਰ ਸਾਲ ਇੱਥੋਂ ਪ੍ਰਵਾਸ ਕਰ ਰਿਹਾ। ਉਹ ਆਊਟ ਇੰਡੀਆ ਜਾਂਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਆਏ ਨੇ, 1,000,000 ਪਲੱਸ ਜਿਹੜੇ ਇੰਡੀਅਨਸ ਨੇ ਉਹ ਆਪਣੀ ਸਿਟੀਜ਼ਨਸ਼ਿਪ ਛੱਡ ਚੁੱਕੇ ਆ ਵੋਲੰਟਰੀ, ਅਤੇ ਬਹੁਤ ਮਤਲਬ ਕਿ ਜਿਹੜੇ ਹਾਈ ਨੈਟਵਰਥ ਇਨਕਮ ਵਾਲੇ ਬੰਦੇ ਵੀ ਨੇ, ਪਰਿਵਾਰ ਨੇ, ਉਹਨਾਂ ਨੇ ਵੀ ਇੰਡੀਅਨ ਸਿਟੀਜ਼ਨਸ਼ਿਪ ਛੱਡ ਦਿੱਤੀ ਆ, ਅਤੇ ਇਹ ਵਰਤਾਰਾ ਕੰਟੀਨਿਊ ਹੋ ਰਿਹਾ। ਪੰਜਾਬ 'ਚੋਂ ਵੀ ਆਪਾਂ ਦੇਖ ਰਹੇ ਹਾਂ ਕਿ ਆਪਣੇ ਬਹੁਤ ਵੱਡੇ ਪੱਧਰ 'ਤੇ ਲੱਖ ਤੋਂ ਉੱਤੇ ਇੱਥੋਂ ਦੇ ਬਛਿੰਦੇ ਜਿਹੜੇ ਆ ਬਾਹਰਲੇ ਕੰਟਰੀਜ਼ ਦੇ ਵਿੱਚ ਜਾ ਰਹੇ ਨੇ। ਉੱਥੇ ਜਾ ਕੇ ਜਿਹੜਾ ਇੱਕ ਹਿੱਸਾ ਹੈਗਾ, ਜਿਹੜਾ ਐਫੂਲੈਂਟ ਹਿੱਸਾ, ਜਿਹੜੇ ਚੰਗੇ ਸਰ ਦੇ ਬਲ ਦੇ ਘਰਾਂ ਦੇ ਨੇ, ਉਹ ਉੱਥੇ ਜਾ ਕੇ ਵੀ ਪੰਜਾਬ ਵਾਂਗੂ ਹੀ ਹੁੱਲੜਬਾਜ਼ੀ ਕਰਕੇ ਜਿਹੜੀ ਸਿੱਖ ਕੌਮ ਨੇ ਲੰਮੇ ਸਮੇਂ ਦੀ ਮਿਹਨਤ ਤੋਂ ਬਾਅਦ ਆਪਣੀ ਇੱਕ ਇਮੇਜ ਬਣਾਈ ਸੀਗੀ, ਉਹ ਬੁਰੀ ਤਰ੍ਹਾਂ ਉਸਨੂੰ ਸੱਟ ਵੱਜ ਰਹੀ ਆ। ਥੋੜ੍ਹਾ ਚਿਰ ਪਹਿਲੇ ਤੁਸੀਂ ਵੈਂਕੂਵਰ ਏਰੀਏ 'ਚੋਂ ਇੱਕ ਇੰਸੀਡੈਂਟ ਆਇਆ ਸੀ, ਇਸੇ ਤਰ੍ਹਾਂ ਦੇ ਜਿਹੜੇ ਮੁੰਡੇ ਗਏ ਹੋਏ ਆ ਉਹ 25-30 ਇਕੱਠੇ ਹੋ ਕੇ ਹੁੱਲੜਬਾਜ਼ੀ ਕਰ ਰਹੇ ਸੀ ਕਿਸੇ ਰੈਜੀਡੈਂਸ਼ਲ ਏਰੀਆ 'ਚ, ਅਤੇ ਜਦੋਂ ਉੱਥੇ ਬੀਟ ਕਾਂਸਟੇਬਲ ਆਇਆ ਤਾਂ ਉਹਨਾਂ ਨੇ ਉਹਦੇ ਨਾਲ ਵੀ ਧੱਕਾ ਕਰਨਾ ਚਾਹਿਆ। ਉਸ ਤੋਂ ਬਾਅਦ ਵੱਡੀ ਫੋਰਸ ਵਿੱਚ ਪੁਲਿਸ ਬੁਲਾਉਣੀ ਪਈ,
ਤੇ ਉਹਨਾਂ ਨੂੰ ਅਰੈਸਟ ਕੀਤਾ ਗਿਆ। ਪਰ ਉਸ ਦੀਆਂ ਜਿਹੜੀਆਂ ਖਬਰਾਂ ਬਾਹਰ ਆਈਆਂ ਉਹਦੇ ਨਾਲ ਸਾਡਾ ਕੈਨੇਡੀਅਨ ਸਮਾਜ ਵਿੱਚ ਬਹੁਤ ਮਾੜਾ ਅਸਰ ਪਿਆ ਸੀ ਕਿ ਇਸ ਤਰ੍ਹਾਂ ਦੇ ਬੰਦੇ ਨੇ, ਕੌਣ ਇਮੀਗ੍ਰੈਂਟਸ ਨੇ ਜਿਹੜੇ ਆ ਕੇ ਸਾਡਾ ਇੱਥੇ ਸ਼ਾਂਤਮਈ ਮਾਹੌਲ ਜਿਹੜਾ ਉਹਨੂੰ ਅਸਭਿਅਕ ਕਰ ਰਹੇ ਨੇ। ਸੋ ਇਹ ਜਿਹੜੇ ਇਸ਼ੂ ਜੁੜੇ ਹੋਏ ਨੇ ਵੀ ਆਪਾਂ ਫਲਾਨੇ ਕਿਉਂ ਆ ਗਏ, ਫਲਾਨੇ ਆ ਕੇ ਇੱਥੇ ਕਾਬਜ਼ ਹੋ ਗਏ, ਕੁਛ ਹੋ ਗਏ, ਠੀਕ ਆ, ਹਰ ਇੱਕ ਦਾ ਹੱਕ ਆ ਜਿੱਥੇ ਮਰਜ਼ੀ ਜਾਓ ਜੀ। ਨੇ ਆਪਾਂ ਸਿੱਖ ਜਿਹੜੇ ਪੰਜਾਬ 'ਚ ਵੱਸਦੇ ਆ ਨਾ, ਉਹ ਤੋਂ ਵੱਡੀ ਗਿਣਤੀ ਵਿੱਚ ਜਿਹੜੇ ਸਿੱਖ ਨੇ ਉਹ ਇੰਡੀਆ ਦੀਆਂ ਦੂਜੀਆਂ ਸਟੇਟਾਂ ਦੇ ਵਿੱਚ ਪੱਕੇ ਤੌਰ 'ਤੇ ਰਹਿ ਰਹੇ ਨੇ। ਉਹ ਜਿਹੜੇ ਉਹਨਾਂ 'ਚ ਉਹ ਵੀ ਸਿੱਖ ਨੇ ਕਿ ਜਿਹੜੇ ਇੱਥੋਂ ਦੇ ਪੰਜਾਬ ਦੇ ਸਿੱਖਾਂ ਨਾਲੋਂ ਕਈ ਗੁਣਾ ਜ਼ਿਆਦਾ ਅਮੀਰ ਨੇ। ਬਿਲਕੁਲ, ਉਹ ਚਾਹੇ ਛੱਤੀਸਗੜ੍ਹ ਲੈ ਲਓ, ਚਾਹੇ ਵੈਸਟ ਬੰਗਾਲ ਲੈ ਲਓ, ਚਾਹੇ ਮਹਾਰਾਸ਼ਟਰ ਲੈ ਲਓ, ਚਾਹੇ ਹੋਰ ਵੀ ਏਰੀਏ, ਚਾਹੇ ਦਿੱਲੀ ਲੈ ਲਓ, ਸਾਰਾ ਯੂਪੀ ਦਾ, ਵੈਸਟਰਨ ਯੂਪੀ ਦਾ ਹਿੱਸੇ ਵਿੱਚ ਆਪਣੇ ਬਹੁਤ ਵੱਡੇ ਜ਼ਿਮੀਂਦਾਰ ਕਿਸਾਨ ਉੱਥੇ ਰਹਿ ਰਹੇ ਨੇ ਅਤੇ ਉਹਨਾਂ ਕੋਲ ਮਤਲਬ ਕਿ ਬਹੁਤ ਜ਼ਮੀਨਾਂ ਨੇ, 100 ਏਕੜ ਪ੍ਰਤੀ ਉਹਨਾਂ ਕੋਲ ਜ਼ਮੀਨਾਂ ਨੇ, ਕਈਆਂ ਕੋਲ ਤਾਂ 1000 ਏਕੜ ਨੇ। ਇਸ ਕਰਕੇ ਇਹ ਸੋਚ ਲੈਣਾ ਚਾਹੀਦਾ ਜਿਹੜੇ ਇਹ ਇਸ਼ੂ ਉਠਾ ਰਹੇ ਨੇ ਕਿ ਕਿਤੇ ਜਿਸ ਤਰ੍ਹਾਂ ਹੁਣ ਆਪਾਂ ਕੱਲ੍ਹ ਦੀ ਖਬਰ ਦੇਖੀ ਆ ਕਿ ਕੁਛ ਨਿਹੰਗਾਂ ਵੱਲੋਂ ਜਾ ਕੇ ਚਰਚ 'ਤੇ ਹਮਲਾ ਕੀਤਾ ਗਿਆ, ਉਹਨਾਂ ਦੀ ਜਿਹੜੀ ਗੈਦਰਿੰਗ ਜਿਸ ਚੱਲ ਰਹੀ ਸੀ ਉਹਦੇ ਵਿੱਚ ਜਾ ਕੇ ਖੰਡਨ ਕੀਤਾ, ਫਿਰ ਉਹਨਾਂ ਲੋਕਾਂ ਨੇ ਵੀ ਇਕੱਠੇ ਹੋ ਕੇ ਉਹ ਨਿਹੰਗਾਂ ਨੂੰ ਵਾਪਸ ਭਜਾਇਆ ਅਤੇ ਉਹਨਾਂ ਦੀਆਂ ਗੱਡੀਆਂ ਤੋੜੀਆਂ। ਇਹ ਕੁਛ ਦਿਨ ਪਹਿਲੇ ਵੀ ਇਸੇ ਤਰ੍ਹਾਂ ਗੁਰਦਾਸਪੁਰ ਏਰੀਏ 'ਚ ਪਹਿਲੇ ਵੀ ਇਸ ਤਰ੍ਹਾਂ ਨਿਹੰਗਾਂ ਇਹ ਵਰਤਾਰਾ ਕੀਤਾ ਗਿਆ ਸੀ ਕਿ ਬੇਵਜ੍ਹਾ ਕ੍ਰਿਸਚਨ 'ਤੇ ਅਟੈਕ ਕੀਤਾ ਗਿਆ ਸੀ। ਇਹ ਲੋਕ ਇਹ ਭੁੱਲ ਰਿਹਾ ਕਿ ਆਪਣੀ ਬਹੁਤ ਵੱਡੀ ਵਸੋਂ 8 ਲੱਖ ਤਾਂ ਤਕਰੀਬਨ ਕੈਨੇਡਾ 'ਚ ਹੀ ਆ ਇਕੱਲੇ, ਇਸੇ ਤਰ੍ਹਾਂ 5 ਕੁ ਲੱਖ ਇੰਗਲੈਂਡ 'ਚ ਆ, ਇਸੇ ਤਰ੍ਹਾਂ 3 ਤੋਂ 5 ਲੱਖ ਅਮੈਰੀਕਾ 'ਚ ਸਿੱਖ ਰਹਿੰਦੇ ਨੇ। ਉੱਥੇ ਜਿਹੜਾ ਹੈਗਾ ਮੇਨ ਪੈਰਵਲੈਂਟ ਰਿਲੀਜਨ ਅਤੇ ਜਿਹੜੇ ਉੱਥੋਂ ਦੇ ਲੀਡਰਸ ਨੇ ਉਹ ਸਾਰੇ ਕ੍ਰਿਸਚਨ ਨੇ, ਅਤੇ ਜੇ ਇਹ ਵਰਤਾਰਾ ਉੱਥੇ ਉਹਨਾਂ ਦੀਆਂ ਚਰਚਾਂ ਵਿੱਚ ਪਰਕੂਲੇਟ ਕਰ ਗਿਆ ਉਹਦੇ ਨਾਲ ਆਪਣੇ 'ਤੇ ਵੀ ਫਿਰ ਨਸਲੀ ਹਮਲੇ ਹੋ ਸਕਦੇ। ਬਿਲਕੁਲ, ਜਿਹੜਾ ਇਹਨਾਂ ਨੇ ਹਿੰਦੂ ਤਵੀ ਕੁਛ ਲੋਕਾਂ ਨੇ ਇਹ ਚੀਜ਼ਾਂ ਕੀਤੀਆਂ ਸੀ, ਘਰ ਵਾਪਸੀ ਕੀਤੀ ਸੀ, ਗ੍ਰਾਮ ਸਟੇਨਜ਼ ਆਸਟ੍ਰੇਲੀਅਨ ਮਿਸ਼ਨਰੀ ਨੂੰ ਸਾੜਿਆ ਗਿਆ ਸੀਗਾ ਰਵਿੰਦਰਪਾਲ ਔਰ ਦਾਰਾ ਸਿੰਘ ਵੱਲੋਂ ਕੰਧਮਾਲ ਦੇ ਵਿੱਚ, ਉਹਨਾਂ ਨੇ ਹੁਣ ਘਰ ਵਾਪਸੀ ਬੰਦ ਕਰ ਦਿੱਤੀ, ਉਹਦੀ ਜਗ੍ਹਾ ਸਾਡੇ ਵਾਲੇ ਲਾਣੇ 'ਚੋਂ ਕਈ ਉਸ ਦਾ ਬਦਲ ਬਣ ਕੇ ਚੱਲ ਰਹੇ ਨੇ ਜਿਹੜੇ ਮਸੀਹੀਆਂ ਨੂੰ ਟਾਰਗੇਟ ਕਰਦੇ ਨੇ ਬਹੁਤ ਸਾਰੇ ਮਾਮਲਿਆਂ 'ਚ। ਅਤੇ ਹੁਣ ਤੁਸੀਂ ਵੇਖੋ ਕਵੈਂਟਰੀ ਦੇ ਵਿੱਚ ਗਿੱਲ ਸਾਹਿਬ ਬਰਤਾਨਵੀ ਸਿੱਖ ਕੌਂਸਲਰ ਨੇ ਕੇਂਦਰੀ ਲੰਡਨ ਦੇ ਸ਼ਹਿਰ ਦੇ ਪਹਿਲੇ ਦਸਤਾਰਧਾਰੀ ਲਾਰਡ ਮੇਅਰ ਬਣ ਕੇ ਇਤਿਹਾਸ ਰਚ ਦਿੱਤਾ ਜਸਵੰਤ ਸਿੰਘ ਬਿਰਦੀ ਨੇ। ਇਹ ਕਿੱਡੀ ਪ੍ਰਾਪਤੀ ਹੈ ਕਵੈਂਟਰੀ ਦੇ ਵਿੱਚ ਗੋਰਿਆਂ ਦੇ ਆਪਣੇ ਸ਼ਹਿਰ ਬਰਤਾਨੀਆ ਦੇ ਕਵੈਂਟਰੀ ਦੇ ਵਿੱਚ ਪਹਿਲੇ ਦਸਤਾਰਧਾਰੀ ਲਾਰਡ ਮੇਅਰ ਬਣੇ ਨੇ, ਕਿੱਡੀ ਪ੍ਰਾਪਤੀ ਹੈ? ਕਿੰਨੇ ਐਮ ਪੀ ਨੇ, ਜਸਟਿਨ ਟਰੂਡੋ ਤੋਂ ਕਹਿੰਦਾ ਸੀ ਮੋਦੀ ਸਾਹਿਬ ਨੂੰ ਤੁਹਾਡੇ ਨਾਲੋਂ ਵੱਧ ਸਿੱਖ ਐਮ ਪੀ ਸਾਡੇ ਕੋਲ ਨੇ, ਉੱਥੇ ਅਸੀਂ ਫਖਰ, ਕੋਈ ਗੋਰਾ ਅੰਮ੍ਰਿਤਧਾਰੀ ਹੋ ਜੇ ਅਸੀਂ ਫਖਰ ਮਹਿਸੂਸ ਕਰਦੇ ਹਾਂ। ਸੋ ਜਿਹੜਾ ਕੱਚਾ ਜਾਂਦਾ ਜਾਣ ਦਿਓ, ਜਿਹੜਾ ਰਹਿੰਦਾ ਰਹਿਣ ਦਿਓ, ਇਹ ਤਾਂ ਕੋਈ ਤੌਰ ਤਰੀਕਾ ਨਹੀਂ ਹੈ ਨਾ। ਸੋ ਇਸ ਸਿਲਸਿਲੇ ਦੇ ਵਿੱਚ ਗੱਲ ਇਹ ਹੈ ਨਾ ਕਿ ਕੁਛ ਸੰਸਥਾਵਾਂ ਚਾਹੁੰਦੀਆਂ ਨੇ ਕਿ ਇਹ ਚੀਜ਼ ਹੋਵੇ, ਸਿੱਖਾਂ ਦੇ ਨਾਲ ਇਹ ਚੀਜ਼ ਹੋਵੇ, ਅਤੇ ਉਸ ਤੋਂ ਬਾਅਦ ਦੰਗੇ ਫਸਾਦ ਭੜਕਣ ਜਿਸ ਦੇ ਵਿੱਚ ਉਹਨਾਂ ਨੂੰ ਲਾਅ ਐਂਡ ਆਰਡਰ ਦੀ ਸਥਿਤੀ, ਮਤਲਬ ਵੋਟ ਪੋਲਰਾਈਜੇਸ਼ਨ ਇਸ ਦੇ ਵਿੱਚ ਹੋਵੇ। ਹੁਣ ਤੁਸੀਂ ਵੇਖੋ ਕਿ ਪ੍ਰਧਾਨ ਮੰਤਰੀ ਮੋਦੀ ਸਾਹਿਬ ਨਿਊ ਪਪੂਆ ਗਿਨੀ ਤੋਂ ਆਸਟ੍ਰੇਲੀਆ ਚਲੇ ਗਏ ਨੇ, ਅਤੇ ਆਸਟ੍ਰੇਲੀਆ ਜਾਣ ਤੋਂ ਪਹਿਲਾਂ ਵੀ ਕਈ ਘਟਨਾਵਾਂ ਘਟੀਆਂ ਨੇ। ਆਸਟ੍ਰੇਲੀਆ ਦੇ ਵਿੱਚ ਹਿੰਦੂ ਸਿੱਖ ਦਾ ਮਸਲਾ ਬਣਾਇਆ ਗਿਆ, ਵਾਰ ਵਾਰ ਮੰਦਰਾਂ ਦੀਆਂ ਕੰਧਾਂ 'ਤੇ ਖਾਲਿਸਤਾਨ ਦੇ ਨਾਅਰੇ ਲਿਖੇ ਜਾਂਦੇ ਰਹੇ। ਆਹ ਹੁਣ ਵੀ ਬਠਿੰਡੇ ਦੇ ਮੈਸਰ ਖਾਂ ਮੇਲਾ ਮੈਸਰ ਹੈਗਾ ਮੰਦਰ, ਅਤੇ ਉਸ ਪੁਰਾਣੇ ਮੰਦਰ ਦੇ ਵਿੱਚ ਇਹ ਚੀਜ਼ਾਂ ਹੋਈਆਂ, ਖਾਲਿਸਤਾਨ ਦੇ ਨਾਅਰੇ ਲਿਖੇ ਗਏ। ਸੋ ਇਹ ਇਸ਼ੂ ਬਿਨਾਂ ਵਜ੍ਹਾ ਇੱਕ ਕ੍ਰੀਏਟ ਕੀਤਾ ਜਾ ਰਿਹਾ, ਪਰ ਅਫਸੋਸ ਕਿ ਸਾਡੇ ਭਾਈਚਾਰੇ 'ਚੋਂ ਜਥੇਦਾਰ ਸਾਹਿਬ ਇਸ ਨੂੰ ਭੰਡਦੇ ਨਹੀਂ ਕਿ ਜੇ ਖਾਲਿਸਤਾਨੀ ਜਥੇਬੰਦੀਆਂ, ਮੈਨੂੰ ਨਹੀਂ ਲੱਗਦਾ ਕਿਸੇ ਖਾਲਿਸਤਾਨੀ ਜਥੇਬੰਦੀ ਨੇ ਕੀਤਾ ਹੋਊਗਾ, ਪਰ ਜੇ ਨਹੀਂ ਕੀਤਾ ਤਾਂ ਤੁਸੀਂ ਉਸਨੂੰ ਰਿਜੈਕਟ ਤਾਂ ਕਰੋ, ਉਸਨੂੰ ਤੁਸੀਂ ਭੰਡੋ ਤਾਂ ਸਹੀ ਕਿ ਸਾਡੀ ਕਾਰਵਾਈ ਨਹੀਂ ਹੈ, ਚੁੱਪ ਅੱਧੀ ਹਾਂ ਹੁੰਦੀ ਹੈ। ਪਰ ਕਿਉਂ ਇਹ ਚੀਜ਼ਾਂ ਜਾਣ ਬੁੱਝ ਕੇ ਹੋ ਰਹੀਆਂ ਨੇ? ਅਫਸੋਸ, ਕਿਉਂਕਿ ਪਹਿਲਾਂ ਜਿਹੜੇ ਜਸਵੰਤ ਸਿੰਘ ਖਾਲੜਾ ਦੇ ਇਨਕਾਊਂਟਰਾਂ ਦਾ ਅੱਜ ਤੱਕ ਭੇਦ ਨਹੀਂ ਹੋਇਆ, ਹੁਣ ਇੱਕ ਹੋਰ ਜਿਹੜੀ ਰਿਪੋਰਟ ਇਸ ਮੁਤਲਕ ਆ ਰਹੀ ਹੈ, ਗੱਲ ਸਾਹਿਬ ਉਹਦੇ 'ਤੇ ਤਫਸੀਲ ਨਾਲ ਦੱਸੋ ਕਿ ਜਿਹੜੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਝੂਠੇ ਪੁਲਿਸ ਮੁਕਾਬਲੇ ਹੋਏ ਨੇ ਉਹਨਾਂ ਦਾ ਇਸ਼ੂ ਫਿਰ ਮੰਗਿਆ ਕਿ ਇਹ ਇਸ਼ੂ ਜਿਵੇਂ ਕੋਈ ਜਨਰਲ ਇਲੈਕਸ਼ਨ ਆਉਂਦੀ ਹੈ ਉਦੋਂ ਜਗਦੀਸ਼ ਟਾਈਟਲਰ ਜਾਂ ਹੋਰਾਂ ਦੇ ਕਾਂਗਰਸੀਆਂ ਦੇ ਖਿਲਾਫ ਚਾਰਜਸ਼ੀਟਾਂ ਹੋ ਜਾਂਦੀਆਂ ਨੇ, ਇਹ 24 ਦੇ ਸੰਦਰਭ ਦੇ ਵਿੱਚ ਵਕਤੀ ਤੌਰ 'ਤੇ ਹੈ
ਜਾਂ ਵਾਕਈ ਸਿੱਖਾਂ ਨੂੰ ਇਨਸਾਫ ਮਿਲਣ ਵਾਲੀ ਗੱਲ ਹੋਏਗੀ? ਕਿਉਂਕਿ ਜਦੋਂ ਵੀ ਕੋਈ ਜਰਨਲ ਇਲੈਕਸ਼ਨ ਜਾਂ ਆਮ ਇਲੈਕਸ਼ਨ ਆਉਂਦੇ ਨੇ, ਸਿੱਖਾਂ ਦੇ ਉਹ ਜ਼ਖਮ ਉਹ ਚੇੜ ਕੇ ਕੁਛ ਜਰਨਲਿਸਟ ਫਿਰ ਸਰਕਾਰਾਂ ਲਈ ਕੰਮ ਕਰ ਜਾਂਦੇ ਨੇ, ਇੱਕ ਪਾਰਟੀ ਵਿਸ਼ੇਸ਼ ਦੇ ਖਿਲਾਫ, ਇੱਕ ਪਾਰਟੀ ਵਿਸ਼ੇਸ਼ ਦੇ ਹੱਕ ਦੇ ਵਿੱਚ ਵੋਟਰਾਂ ਨੂੰ ਕੈਸ਼ ਕਰਾ ਜਾਂਦੇ ਨੇ। ਕੀ ਇਹ ਜਿਹੜਾ ਜਾਅਲੀ ਪੁਲਿਸ ਮੁਕਾਬਲਿਆਂ ਵਾਲਾ ਸੱਚ ਸਾਹਮਣੇ ਆਇਆ, ਕੀ ਇਹ ਵਾਕਈ ਕੁਛ ਹੋਏਗਾ ਜਾਂ ਪਹਿਲਾਂ ਵਾਲਾ ਹੀ ਉਹ ਸਿਲਸਿਲਾ ਕਿ ਵੋਟਾਂ ਵੇਲੇ 84 ਯਾਦ ਕਰ ਲਓ? ਜੀ ਮੈਂ ਇਸ ਵਿਸ਼ੇ ਤੇ ਆਉਣਾ, ਮੈਂ ਪਹਿਲੇ ਇਸ ਤੋਂ ਕਹਿਣਾ ਚਾਹੁੰਦਾ, ਜਿਵੇਂ ਤੁਸੀਂ ਕੁਐਂਟਰੀ ਦੇ ਲਾਰਡ ਦੀ ਗੱਲ ਉਠਾਈ ਹੈਗੀ ਹੈ, ਹਾਂ ਜਸਵੰਤ ਸਿੰਘ ਵਰਦੀ ਦੀ, ਪਿਛਲੇ ਕੁਛ ਸਮੇਂ 'ਚ ਇੱਕ ਤਾਂ ਥੋੜੇ ਦਿਨ ਪਹਿਲੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਉਹਨਾਂ ਨੇ ਪਹਿਲੇ ਇੱਕ ਮਤਾ ਪਾ ਕੇ ਜਿਹੜਾ ਚਾਈਨਾ ਦੇ ਵਿੱਚ ਜ਼ਿੰਗਜ਼ੈਂਗ ਪ੍ਰੋਵਿੰਸ ਹੈਗਾ ਜਿੱਥੇ ਮੁਸਲਿਮ ਬਹੁਤ ਗਿਣਤੀ ਆ, ਉੱਥੇ ਯੂਗਰਸ ਤੇ ਬਹੁਤ ਵੱਡੇ ਲੈਵਲ ਤੇ ਹਿਊਮਨ ਰਾਈਟਸ ਦੀਆਂ ਵਾਇਓਲੇਸ਼ਨਸ ਹੋ ਰਹੀਆਂ ਨੇ। ਜੀ ਜਿਹੜੇ ਆ ਉਹ ਆਪਣੇ ਆਪ ਨੂੰ ਤੁਰਕਮਿਸਤਾਨ ਦਾ ਵਸਨੀਕ ਦੱਸਦੇ ਨੇ ਤੇ ਉਹਦੀ ਉਹ ਲਗਾਤਾਰ ਮੰਗ ਵੀ ਕਰ ਰਹੇ ਨੇ, ਜਿਹਦੇ ਕਰਕੇ ਉਹਨਾਂ ਨੂੰ ਬਹੁਤ ਵੱਡਾ ਤਸ਼ੱਦਦ ਝੱਲਣਾ ਪੈ ਰਿਹਾ। ਉਹਦੇ ਬਾਰੇ ਕੈਨੇਡੀਅਨ ਪਾਰਲੀਮੈਂਟ ਨੇ ਮਤਾ ਪਾਇਆ ਬਕਾਇਦਾ ਤੇ ਉਸ ਵਰਤਾਰੇ ਨੂੰ ਉਹਨਾਂ ਨੇ ਜੈਨੋਸਾਈਡ ਕਿਹਾ ਕਿ ਇਹ ਜੈਨੋਸਾਈਡ ਹੋ ਰਿਹਾ ਹੈਗਾ ਚਾਈਨਾ ਦੇ ਵਿੱਚ। ਹੁਣ ਜਿਹੜਾ ਪਿਛਲੇ ਦਿਨਾਂ 'ਚ ਦੁਬਾਰਾ ਜਿਹੜੀ ਕੈਨੇਡੀਅਨ ਪਾਰਲੀਮੈਂਟ ਨੇ ਮਤਾ ਪਾ ਕੇ ਸ਼੍ਰੀਲੰਕਾ ਦੇ ਵਿੱਚ ਜੋ ਤਾਮਿਲਾਂ ਦੇ ਖਿਲਾਫ ਵਰਤਾਰਾ ਚੱਲ ਰਿਹਾ ਉਹਨੂੰ ਵੀ ਇਹਨਾਂ ਨੇ ਜੈਨੋਸਾਈਡ ਡਿਕਲੇਅਰ ਕੀਤਾ ਹੈਗਾ। ਪਰ ਉੱਥੇ ਆਪਣੀ ਇੰਨੀ ਮਕਦਾਰ ਦੇ ਵਿੱਚ ਆਪਾਂ 2.01% ਹੈਗੇ ਆ ਕੈਨੇਡੀਅਨ ਪਾਪੂਲੇਸ਼ਨ ਦੇ, ਤੇ ਉਹਦੇ ਨਾਲ ਆਪਣੇ 23 ਦੇ ਕਰੀਬ ਆਪਣੇ ਮੈਂਬਰ ਪਾਰਲੀਮੈਂਟ ਨੇ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ। ਜਦੋਂ ਮੈਂ ਉਹਨਾਂ 'ਚੋਂ ਇੱਕ ਜਣੇ ਨੂੰ ਸਵਾਲ ਕੀਤਾ ਕਿ ਜੇ ਤੁਸੀਂ ਉੱਥੇ ਯੂਗਰਸ ਲਈ ਤਾਮਿਲਸ ਲਈ ਉੱਠ ਕੇ ਕੈਨੇਡੀਅਨ ਗਵਰਨਮੈਂਟ ਦੇ ਵੱਲੋਂ ਜੈਨੋਸਾਈਡ ਦਾ ਕਰਵਾ ਰਹੇ ਆ ਐਲਾਨ, ਤਾਂ ਉੱਥੇ ਤੁਸੀਂ ਸਿੱਖ ਇਸ਼ੂਸ ਬਾਰੇ ਕਿਉਂ ਨਹੀਂ ਉੱਥੇ ਬੋਲਦੇ ਤੁਹਾਡੇ ਪ੍ਰਾਈਮ ਮਿਨਿਸਟਰ? ਤਾਂ ਉਹਨਾਂ ਨੇ ਕਿਹਾ ਯਾਰ ਇਹ ਸਾਡੇ ਲਈ ਇੱਥੇ ਬਹੁਤ ਔਖਾ, ਪਰ ਆਪਾਂ ਦੇਖਦੇ ਹਾਂ ਲੱਖਾਂ ਦੀ ਤਾਦਾਦ ਵਿੱਚ ਇੱਥੇ ਉੱਥੇ ਸਿੱਖ ਡੇ ਪਰੇਡਸ ਹੁੰਦੀਆਂ ਨੇ, ਉੱਥੋਂ ਅੱਡ ਅੱਡ ਪ੍ਰੋਵਿੰਸਾਂ ਦੇ ਪ੍ਰਾਈਮ ਮਿਨਿਸਟਰ ਵੀ ਆਉਂਦੇ ਆ ਕੈਨੇਡਾ ਦੇ, ਪਰ ਉੱਥੇ ਵੀ ਸਿਰਫ ਸਪੀਚਾਂ ਦੇ ਕੇ ਲੋਕ ਘਰਾਂ ਨੂੰ ਮੁੜ ਜਾਂਦੇ। ਕਦੀ ਇਹ ਮੰਗ ਨਹੀਂ ਉੱਠੀ ਕਿ ਜੋ ਧੱਕਾ ਇੱਥੇ ਸਾਡੇ ਨਾਲ ਸਿੱਖ ਕੌਮ ਨਾਲ ਹੋ ਰਿਹਾ, ਜਿਹਦੇ ਬਾਰੇ ਲਗਾਤਾਰ ਜਿਹੜੀ ਪਿਛਲੇ 4 ਸਾਲ ਤੋਂ ਜਿਹੜੀ ਅਮੈਰੀਕਨ ਜਿਹੜੀਆਂ ਕਮਿਸ਼ਨ ਨੇ ਫੋਰ ਇੰਟਰਨੈਸ਼ਨਲ ਰਿਲੀਜੀਅਸ ਫਰੀਡਮ ਉਹ ਉਸ ਬਾਰੇ ਆਵਾਜ਼ ਉਠਾ ਰਹੇ ਨੇ ਤੇ ਇੰਡੀਆ ਨੂੰ ਇਹ ਕੰਟਰੀ ਆਫ ਪਰਟੀਕੁਲਰ ਕੰਸਰਨ ਦਾ ਟੈਗ ਲਾ ਰਹੇ ਆ, ਤੇ ਉਹ ਇੱਕ ਤਰ੍ਹਾਂ ਨਾਲ US ਦੀ ਸਟੇਟ ਡਿਪਾਰਟਮੈਂਟ ਨੂੰ ਵੀ, US ਦੀ ਐਡਮਿਨਿਸਟ੍ਰੇਸ਼ਨ ਨੂੰ ਵੀ ਤੇ US ਦੀ ਕਾਂਗਰਸ ਨੂੰ ਇਹ ਕਹਿ ਰਹੇ ਆ ਕਿ ਇੰਡੀਆ ਤੇ ਕੁਝ ਸਿਲੈਕਟਡ ਸੈਂਕਸ਼ਨਸ ਲਾਈਆਂ ਜਾਣ। ਪਰ ਜਦੋਂ ਉੱਥੇ ਆਪਾਂ ਕਹਿੰਦੇ ਆ ਜਿਹੜੇ ਸਾਡੇ ਪੋਲੀਟੀਸ਼ੀਅਨਸ ਨੇ ਉੱਥੋਂ ਦੇ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਵੀ ਤੁਸੀਂ ਉੱਥੋਂ ਇਹ ਕੰਸਰਨਸ ਕਿਉਂ ਨਹੀਂ ਰੇਜ਼ ਕਰਵਾ ਸਕਦੇ, ਇਦਾਂ ਦਾ ਕੀ ਫਰਕ ਆ ਕਿ ਯੂਗਰਸ ਤੇ ਤਾਮਿਲ ਉੱਥੋਂ ਉਹ ਕੰਮ ਕਰਵਾ ਸਕਦੇ ਜਦਕਿ ਉਹਨਾਂ ਦਾ ਹਾਰਡਲੀ ਕੋਈ ਮੈਂਬਰ ਪਾਰਲੀਮੈਂਟ ਆ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ? ਇਹ ਚੀਜ਼ਾਂ ਹੈਗੀਆਂ ਆਪਣੇ ਜਿਹੜੇ ਗੈਪਸ ਨੇ, ਫਾਲਟ ਲਾਈਨਸ ਨੇ। ਜਿਵੇਂ ਹੁਣ ਤੁਸੀਂ ਜਗਦੀਸ਼ ਟਾਈਟਲਰ ਦੀ ਗੱਲ ਕੀਤੀ, 38 ਸਾਲ ਹੋ ਗਏ ਆ, ਪਹਿਲੇ ਦਿਨਾਂ 'ਚ ਹੀ ਉਹਦਾ ਨਾਂ ਬਾਹਰ ਆ ਗਿਆ ਸੀ ਕਿ ਹੀ ਇਜ਼ ਵਨ ਆਫ ਦਾ ਮੇਨ ਕਲਪ੍ਰਿਟਸ, ਪਰ ਅੱਜ ਤੱਕ ਉਹਨੂੰ ਇੱਕ ਦਿਨ ਵੀ ਥਾਣੇ ਜਾਣਾ ਨਹੀਂ ਪਿਆ। ਹੁਣ ਭਾਵੇਂ ਇਹਨਾਂ ਨੇ ਚਾਰਜਸ਼ੀਟ ਫਾਈਲ ਕਰਵਾਤੀ ਹੋਈ ਆ ਜਿਹਦੇ ਬਾਰੇ ਜਿਹੜੇ ਸਿੱਖ ਚਿਹਰੇ ਨੇ BJP ਦੇ ਵਿੱਚ ਉਹ ਬਹੁਤ ਵੱਡੀ ਆਪਣੀ ਪ੍ਰਾਪਤੀ ਦੱਸ ਰਹੇ ਨੇ। ਇਹ ਕਿਸ ਤਰ੍ਹਾਂ ਦੀਆਂ ਪ੍ਰਾਪਤੀਆਂ ਨੇ ਕਿ ਚਾਰਜਸ਼ੀਟ ਬੰਦਾ ਹੋ ਚੁੱਕਿਆ ਪਰ ਹਜੇ ਉਹਦੀ ਕੋਈ ਅਰੈਸਟ ਪ੍ਰਕਿਰਿਆ ਆਰੰਭ ਨਹੀਂ ਹੋਈ, ਤੇ ਇਹਨਾਂ ਤੇ 3 ਕਤਲ ਲੱਗਦੇ ਨੇ ਤੇ ਇੱਕ ਗੁਰਦੁਆਰਾ ਸਾਹਿਬ ਨੂੰ ਸਾੜਨ ਦਾ ਜ਼ਿਕਰ ਆਉਂਦਾ ਇਹਨਾਂ ਦੀ ਚਾਰਜਸ਼ੀਟ ਦੇ ਵਿੱਚ। ਇਸੇ ਤਰ੍ਹਾਂ ਦੇ 2-3 ਕੇਸਾਂ ਦੇ ਵਿੱਚ ਸੱਜਣ ਕੁਮਾਰ ਜੇਲ੍ਹ ਦੇ ਵਿੱਚ ਬੰਦ ਆ, ਉਹ ਵੀ ਲੰਮਾ ਚਿਰ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਰਿਹਾ। ਪਰ ਇੱਥੇ ਜਿਹੜਾ ਸਵਾਲ ਸੀਗਾ ਕਿ ਆਪਾਂ ਕਿਉਂ ਨਹੀਂ, ਜੇ ਆਪਾਂ ਨੂੰ ਇਨਸਾਫ਼ ਨਹੀਂ ਮਿਲ ਰਿਹਾ, ਆਪਾਂ ਇੰਟਰਨੈਸ਼ਨਲ ਪੱਧਰ 'ਤੇ ਬਣੀਆਂ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਉਹਨਾਂ ਨੂੰ ਕਿਉਂ ਨਹੀਂ ਅਪਰੋਚ ਕੀਤਾ? ਮੈਂ ਦੇਖ ਰਿਹਾ ਸੀ ਅਲ ਜ਼ਜ਼ੀਰਾ ਦੀ ਇੱਕ ਕੋਰਸਪੋਂਡੈਂਟ ਜੋ ਕਿ ਪੈਲਸਟਾਈਨ ਰੀਜਨ ਦੀ ਅਮੈਰੀਕਨ ਸਿਟੀਜ਼ਨ ਸੀਗੀ, ਉਹ ਅਲ ਜ਼ਜ਼ੀਰਾ ਚੈਨਲ ਲਈ ਜਦੋਂ ਕਵਰੇਜ ਕਰ ਰਹੀ ਸੀਗੀ ਵੈਸਟ ਬੈਂਕ ਦੇ ਵਿੱਚ ਪੈਲਸਟਾਈਨ ਦੇ ਵਿੱਚ, ਉਦੋਂ ਇਜ਼ਰਾਈਲੀ ਫੌਜ ਦੀਆਂ ਗੋਲੀਆਂ ਨਾਲ ਉਹਦੀ ਮੌਤ ਹੋ ਗਈ ਸੀ। ਅਲ ਜ਼ਜ਼ੀਰਾ ਬੜਾ ਨਾਮੀ ਇਸਲਾਮਿਕ ਚੈਨਲ ਹੈਗਾ ਜੀ, ਉਹਦਾ ਉਹਨਾਂ ਨੇ ਫਿਰ ਆਪਣਾ ਨਿੱਜੀ ਪ੍ਰਭਾਵ ਵਰਤ ਕੇ ਉਹਦੀ ਬਕਾਇਦਾ ਜਿਹੜੀ ਕੰਪਲੇਂਟ ਕੀਤੀ ਆ ਉਹ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ 'ਚ ਹੋਈ ਆ,
ਤੇ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਨੇ ਹੁਣ ਇਜ਼ਰਾਈਲ ਗਵਰਨਮੈਂਟ ਨੂੰ ਸੰਮਨਸ ਭੇਜੇ ਨੇ, ਉਹਨਾਂ ਦੀ ਫੌਜ ਨੂੰ ਸੰਮਨ ਭੇਜੇ ਨੇ ਵੀ ਉਹ ਆ ਕੇ ਉਹਨਾਂ ਉਹਨਾਂ ਦੀ ਕੋਰਟ 'ਚ ਅਪੀਅਰ ਹੋਣ। ਜੀ ਗਿੱਲ ਸਾਹਿਬ, ਗਿੱਲ ਸਾਹਿਬ ਆਵਾਜ਼ ਆ ਰਹੀ? ਹਾਂਜੀ ਹਾਂਜੀ ਜੀ। ਤੇ ਜਿਹੜਾ ਪੰਜਾਬ ਵਿੱਚ ਇਸ਼ੂ ਕੰਟੀਨਿਊ, ਮੇਰੇ ਕੈਮਰੇ ਦੀ ਥੋੜ੍ਹੀ ਦਿੱਕਤ ਹੈ, ਕੰਟੀਨਿਊ ਪਲੀਜ਼। ਤੇ ਗਿੱਲ ਸਾਹਿਬ, ਆਪਣਾ ਜਿਹੜਾ ਮਸਲਾ ਇਹਦਾ, ਹੁਣ G7 ਮੁਲਕਾਂ ਦੀ ਮੀਟਿੰਗ ਵੀ ਹੋਈ ਆ, ਉਹ ਵੀ ਇਸ ਦੇ ਵਿੱਚ ਇੱਕ ਕਾਰਨ ਮੈਂ ਸਮਝਦਾ ਹੈਗਾ। ਚਾਈਨਾ ਦੇ ਖਿਲਾਫ਼ ਪ੍ਰੈਸ਼ਰ ਬਣ ਰਿਹਾ ਕਿ ਉਹਦੇ 'ਤੇ ਚਾਈਨਾ 'ਤੇ ਨਿਰਭਰਤਾ ਛੱਡੀ ਜਾਵੇ। ਖੈਰ, ਪਰ ਹਿਊਮਨ ਰਾਈਟਸ ਦਾ ਮਸਲਾ ਜਿਹੜਾ, ਇਹ ਪੰਜਾਬ ਦੇ ਵਿੱਚ ਹੋਏ ਇਨਕਾਊਂਟਰਸ ਦਾ ਮਾਮਲਾ, ਉਹਨੂੰ ਕਿੱਦਾਂ ਵੇਖਦੇ ਹੋ? ਜਿਹੜੇ 80 ਦੇ ਸ਼ੁਰੂ ਤੋਂ ਲੈ ਕੇ 90 ਦੇ ਅੱਧ ਤੱਕ ਜੋ ਇੱਥੇ ਝੂਠੇ ਪੁਲਿਸ ਮੁਕਾਬਲਿਆਂ ਦਾ ਨੰਗਾ ਨਾਚ ਹੋਇਆ ਪੰਜਾਬ 'ਚ, ਜਿਹਦੇ ਰਾਹੀਂ ਹਜ਼ਾਰਾਂ ਸਿੱਖ ਨੌਜਵਾਨ, ਕਈਆਂ ਹਜ਼ਾਰ ਪਰਿਵਾਰਾਂ ਦਾ ਉਜਾੜਾ ਕੀਤਾ ਗਿਆ ਪੰਜਾਬ ਪੁਲਿਸ ਵੱਲੋਂ ਅਤੇ ਹੋਰ ਜਿਹੜੀਆਂ ਇੱਥੇ ਸਿਕਿਉਰਿਟੀ ਫੋਰਸਿਸ ਲਾਈਆਂ ਹੋਈਆਂ ਸੀ, ਉਹਦੇ ਬਾਰੇ ਪਹਿਲੇ ਵੀ ਖਾਲੜਾ ਮਿਸ਼ਨ ਨੇ ਇੱਕ ਰਿਪੋਰਟ ਲਿਆਂਦੀ ਸੀ ਅਤੇ ਉਹਦੇ ਰਾਹੀਂ ਸੁਪਰੀਮ ਕੋਰਟ ਨੂੰ ਅਪਰੋਚ ਕਰਕੇ ਉਹਨਾਂ ਦਾ ਕੁਛ ਜਸਟਿਸ ਲੈਣ ਦੀ ਕੋਸ਼ਿਸ਼ ਕੀਤੀ ਗਈ ਸੀ, ਜਿਨ੍ਹਾਂ ਦੇ ਕੁਛ ਕੇਸ ਹਜੇ ਵੀ ਆਪਣੀਆਂ ਕਚਹਿਰੀਆਂ 'ਚ ਪੰਜਾਬ 'ਚ ਚੱਲ ਰਹੇ ਨੇ। ਇਸੇ ਤਰ੍ਹਾਂ ਇੱਕ ਹੋਰ ਜਿਹੜਾ ਗਰੁੱਪ ਹੈਗਾ, ਪੰਜਾਬ ਐਡਵੋਕੇਟਸ ਐਂਡ ਐਡਵੋਕੇਸੀ ਫੋਰਮ, ਜਿਹਦੇ ਕਿ ਪ੍ਰੈਜੀਡੈਂਟ ਨੇ ਮਿਸਟਰ ਬੈਂਸ, ਉਹਨਾਂ ਨੇ ਪਿਛਲੇ 2 ਸਾਲ ਤੋਂ ਇੱਕ ਡਿਟੇਲਡ ਇਨਵੈਸਟੀਗੇਸ਼ਨ ਕਰਕੇ ਇੱਕ ਰਿਪੋਰਟ ਤਿਆਰ ਕੀਤੀ ਹੈ, ਜਿਹਦੇ ਵਿੱਚ ਤਕਰੀਬਨ 6000 ਤੋਂ ਉੱਪਰ ਜਿਹੜੇ ਹੈਗੇ ਪੁਲਿਸ ਮੁਕਾਬਲੇ ਹੋਏ ਨੇ, ਉਹਨਾਂ ਬਾਰੇ ਰਿਪੋਰਟ ਤਿਆਰ ਕਰਕੇ ਉਹਨਾਂ ਨੇ ਪਹਿਲੇ ਸੁਪਰੀਮ ਕੋਰਟ ਨੂੰ ਅਪਰੋਚ ਕੀਤਾ। ਸੁਪਰੀਮ ਕੋਰਟ ਪਹਿਲਾਂ ਹੀ ਸਾਰੇ ਭਾਰਤ ਦੇ ਵਿੱਚ ਜਿਹੜੇ ਝੂਠੇ ਪੁਲਿਸ ਮੁਕਾਬਲੇ ਅੱਡ ਅੱਡ ਸੂਬਿਆਂ 'ਚ ਹੋਏ ਨੇ ਪਿਛਲੇ ਦਹਾਕਿਆਂ 'ਚ, ਉਹਨਾਂ ਬਾਰੇ ਇੱਕ ਇਨਵੈਸਟੀਗੇਸ਼ਨ ਸੁਪਰੀਮ ਕੋਰਟ ਨੇ ਆਰੰਭੀ ਹੋਈ ਆ। ਪਰ ਜਦੋਂ ਇਹ ਇਹਨਾਂ ਨੇ ਪਟੀਸ਼ਨ ਲਾਈ ਐਡਵੋਕੇਸੀ ਗਰੁੱਪ ਨੇ, ਤਾਂ ਉਹਦੇ 'ਤੇ ਸੁਪਰੀਮ ਕੋਰਟ ਨੇ ਉਹਨਾਂ ਨੂੰ ਡਾਇਰੈਕਟ ਕੀਤਾ ਕਿ ਇਹ ਪੰਜਾਬ ਦਾ ਮਸਲਾ ਹੈਗਾ, ਤੁਸੀਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੂੰ ਅਪਰੋਚ ਕਰੋ। ਫਿਰ ਉਹਨਾਂ ਨੇ ਪਟੀਸ਼ਨ ਹਾਈ ਕੋਰਟ ਦੇ ਵਿੱਚ ਲਾਈ, ਤਾਂ ਹਾਈ ਕੋਰਟ ਨੇ ਆਪਣੀ ਜਿਹੜੀ ਉਹਦੀ ਸੁਣਵਾਈ ਆ, ਉਹ ਚੀਫ ਜਸਟਿਸ ਮਿਸਟਰ ਜਾ ਉਹ ਪੰਜਾਬ ਦੀ ਹਾਈ ਕੋਰਟ 'ਚ ਕਰ ਰਹੇ ਹੈਗੇ ਆ। ਉਹਨਾਂ ਨੇ ਕੇਂਦਰ ਤੋਂ ਇਹਦੇ ਬਾਰੇ ਰਿਪੋਰਟ ਮੰਗੀ ਸੀ ਵੀ ਤੁਸੀਂ ਕੀ ਐਕਸ਼ਨ ਲੈ ਰਹੇ ਹੋ, ਤਾਂ ਹੁਣ ਕੇਂਦਰ ਨੇ ਪਿਛਲੇ ਦਿਨਾਂ 'ਚ ਕੋਰਟ ਵਿੱਚ ਉਹਨਾਂ ਦੇ ਵਕੀਲ ਵੱਲੋਂ ਇਹ ਕਿਹਾ ਗਿਆ ਕਿ ਸਾਨੂੰ ਹੋਰ ਟਾਈਮ ਦਿੱਤਾ ਜਾਵੇ, ਉਸ ਤੋਂ ਬਾਅਦ ਅਸੀਂ ਇਹਦੇ 'ਤੇ ਤੁਹਾਨੂੰ ਕੋਈ ਜਵਾਬ ਦੇਵਾਂਗੇ। ਇਹ ਜਿਹੜੇ ਵਰਤਾਰੇ ਨੇ, ਜਿਹੜੇ ਕਿ ਇੰਨੇ ਲੰਮੇ ਚਿਰ ਤੋਂ ਆਪਣੇ ਪੈਂਡਿੰਗ ਨੇ ਪੰਜਾਬ ਦੇ ਵਿੱਚ ਅਤੇ ਇਨਸਾਫ ਦੀ ਅੜੀਕ ਕਰ ਰਹੇ ਨੇ, ਉਹਨਾਂ ਬਾਰੇ ਇੱਕ ਇਸ ਐਡਵੋਕੇਸੀ ਗਰੁੱਪ ਨੇ ਇੱਕ ਅਪਰੋਚ ਲਈ ਹੈਗੀ ਆ ਕਿ ਜਿਹੜੇ ਉਹ 6000 ਪਲੱਸ ਪੁਲਿਸ ਝੂਠੇ ਪੁਲਿਸ ਮੁਕਾਬਲਿਆਂ ਬਾਰੇ ਉਹਨਾਂ ਨੇ ਜਿਹੜੀ ਰਿਪੋਰਟ ਦਿੱਤੀ ਆ, ਵੀ ਉਹਦੇ 'ਤੇ ਸਰਕਾਰ ਪੰਜਾਬ ਦੀ ਅਤੇ ਯੂਨੀਅਨ ਗਵਰਨਮੈਂਟ ਕੀ ਆਪਣਾ ਪੱਖ ਅਖਤਿਆਰ ਕਰਦੀ ਹੈ, ਕਿ ਕਿਵੇਂ ਇਹ ਇਨਵੈਸਟੀਗੇਟ ਹੋਣਗੇ ਇੱਦਾਂ ਦੇ ਜਿਹੜੇ ਫੇਕ ਪੁਲਿਸ ਮੁਕਾਬਲੇ ਹੋਏ ਆ। ਜੀ ਗਿੱਲ ਸਾਹਿਬ, ਥੋੜ੍ਹਾ ਜਿਹਾ ਧਾਰਮਿਕ ਇਸ਼ੂ 'ਤੇ ਗੱਲ ਚੱਲਦੀ ਹੈ। ਭਗਵੰਤ ਮਾਨ ਹੋਰਾਂ ਨੇ ਇੱਕ ਇਸ਼ੂ ਉਠਾਇਆ ਕਿ ਜਿਹੜਾ PTC ਚੈਨਲ ਹੈ ਉਹ ਰਾਈਟਸ ਨੇ ਉਹਦੇ ਕੋਲ, ਵੈਸੇ ਜੁਲਾਈ ਤੱਕ ਰਾਈਟਸ ਨੇ, ਅਤੇ ਦਰਬਾਰ ਸਾਹਿਬ ਟੈਲੀਕਾਸਟ ਦਾ, ਅਤੇ ਦੂਸਰਾ ਜਥੇਦਾਰ ਸਾਹਿਬ ਦੀ ਜਥੇਦਾਰੀ ਨੂੰ ਲੈ ਕੇ ਤਾਂ ਚਲੋ ਮਸਲਾ ਨਿਬੜ ਗਿਆ, ਅਤੇ ਕਿੱਦਾਂ ਵੇਖਦੇ ਹੋ ਇਸ ਮਸਲੇ ਨੂੰ? ਪਰ ਕੀ ਪੰਜਾਬ ਸਰਕਾਰ ਸਾਰਾ ਕੁਛ ਨਿਰਪੱਖ ਕਰਦੀ ਹੈ? ਪੰਜਾਬ ਸਰਕਾਰ ਸਾਰੇ ਚੈਨਲਾਂ ਨੂੰ ਐਡਵਰਟਾਈਜ਼ ਦਿੰਦੀ ਹੈ, ਜਾਂ ਉਹ ਬਰਾਬਰਤਾ ਸਾਰਿਆਂ ਦੇ ਯੈਲੋ ਕਾਰਡ ਬਣਦੇ ਨੇ ਜਾਂ ਨਹੀਂ? ਸੋ PTC ਦਾ ਮਸਲਾ ਕਿੱਦਾਂ ਵੇਖਦੇ ਹੋ, ਜਿਹੜਾ ਮਾਨ ਸਾਹਿਬ ਨੇ, CM ਪੰਜਾਬ ਨੇ ਉਠਾਇਆ ਦਰਬਾਰ ਸਾਹਿਬ ਟੈਲੀਕਾਸਟ ਦਾ? ਜੀ, ਅੱਜ ਵੀ ਜਿਹੜੀ ਚੀਫ ਮਿਨਿਸਟਰ ਭਗਵੰਤ ਮਾਨ ਨੇ ਆਪਣੀ ਸਪੀਚ ਵਿੱਚ ਜਿਹੜੀ ਕਿ ਲਾਈਵ ਚੈਨਲਸ 'ਤੇ ਆਈ ਆ, ਉਹਦੇ 'ਚ ਉਹਨਾਂ ਨੇ ਜ਼ਿਕਰ ਕੀਤਾ ਕਿ ਇੱਕ ਚੈਨਲ ਦੀ ਕਿਉਂ ਮਲਕੀਅਤ ਆ ਜਿਹੜੀ ਉੱਥੋਂ ਗੁਰਬਾਣੀ ਪ੍ਰਸਾਰਨ ਹੋ ਰਿਹਾ ਦਰਬਾਰ ਸਾਹਿਬ ਤੋਂ। ਉਹਨਾਂ ਨੇ SGPC ਨੂੰ ਇਹ ਵੀ ਕਿਹਾ ਕਿ ਜੇ ਤੁਹਾਨੂੰ ਕੋਈ ਅਸਿਸਟੈਂਸ ਦੀ ਲੋੜ ਆ ਤਾਂ ਪੰਜਾਬ ਸਰਕਾਰ ਤੁਹਾਨੂੰ ਅਸਿਸਟ ਕਰਨ ਲਈ ਤਿਆਰ ਆ, ਜਿਹਦੇ ਰਾਹੀਂ ਤੁਸੀਂ ਆਪਣਾ ਚੈਨਲ ਉੱਥੇ ਇਸਟੈਬਲਿਸ਼ ਕਰੋ, ਕਿਉਂਕਿ ਜਿਹੜੇ ਲੰਮੇ ਚਿਰ ਤੋਂ PTC ਚੈਨਲ ਜਿਹੜਾ ਕਿ ਓਨਡ ਬਾਏ ਦਾ ਬਾਦਲ ਫੈਮਲੀ ਆ, ਉਹ ਜਿਹੜਾ ਪ੍ਰਸਾਰਣ ਕਰ ਰਹੇ ਆ, ਇਸੇ ਤਰ੍ਹਾਂ ਹੋਰ ਵੀ ਪ੍ਰੋਗਰਾਮ ਆਪਣੇ TV 'ਤੇ ਕਰਦੇ ਰਹਿੰਦੇ ਆ। ਉਹਦੇ ਵਿੱਚ ਇੱਕ ਪ੍ਰੋਗਰਾਮ ਬਿਊਟੀ ਪੇਜੈਂਟ ਦਾ ਹੁੰਦਾ, ਉਹਦੇ ਦੌਰਾਨ ਪਿਛਲੇ ਸਾਲ ਇਹਨਾਂ 'ਤੇ ਮੋਰੈਲਿਟੀ ਦੇ ਚਾਰਜਿਸ ਲੱਗੇ ਸੀ, ਜਿਹਦੇ ਕਰਕੇ MD PTC ਨਿਊਜ਼ ਦੇ ਨੂੰ ਜੇਲ੍ਹ 'ਚ ਵੀ ਜਾਣਾ ਪਿਆ ਸੀ ਅਤੇ ਉਹ ਕੇਸ ਚੱਲ ਰਿਹਾ।
ਉਸ ਕੇਸ ਨਾਲ ਇੱਕ ਬਹੁਤ ਵੱਡਾ ਸਵਾਲ ਉੱਠਿਆ ਸੀ ਕਿ ਜਿਹੜੇ ਚੈਨਲ 'ਤੇ ਇਸ ਤਰ੍ਹਾਂ ਦੇ ਇਮੋਰਲਿਟੀ ਦੇ ਲੱਗ ਰਹੇ ਹੋਣ ਦੋਸ਼, ਕੀ ਸਾਡੀ ਜਿਹੜੀ ਗੁਰਬਾਣੀ ਦਰਬਾਰ ਸਾਹਿਬ ਤੋਂ ਪ੍ਰਸਾਰਣ ਹੋ ਰਹੀ ਆ ਉਸ ਵਾਇਆ ਮੀਡੀਆ ਰਾਹੀਂ ਪ੍ਰਸਾਰਣ ਹੋਣੀ ਚਾਹੀਦੀ ਆ ਜਾਂ ਨਹੀਂ? ਇਸ ਬਾਰੇ ਅਪ੍ਰੈਲ ਦੇ ਵਿੱਚ ਜਿਹੜੇ ਜਥੇਦਾਰ ਅਕਾਲ ਤਖ਼ਤ ਨੇ ਗਿਆਨੀ ਹਰਪ੍ਰੀਤ ਸਿੰਘ, ਉਹਨਾਂ ਨੇ ਨਿਰਦੇਸ਼ ਦਿੱਤੇ ਸੀ SGPC ਨੂੰ ਬਕਾਇਦਾ ਕਿ ਤੁਸੀਂ ਆਪਣਾ ਚੈਨਲ ਬਣਾਓ, ਬ੍ਰੌਡਕਾਸਟਿੰਗ ਕਾਰਪੋਰੇਸ਼ਨ ਬਣਾਓ ਅਤੇ ਆਪ ਸਿੱਧਾ ਪ੍ਰਸਾਰਣ ਕਰੋ ਉੱਥੋਂ ਗੁਰਬਾਣੀ। ਬਿਲਕੁਲ, ਕਿਉਂਕਿ ਸਿੱਖ ਕੌਮ ਵਿੱਚ ਇਹ ਬਹੁਤ ਚਿਰ ਤੋਂ ਸਵਾਲ ਉੱਠ ਰਿਹਾ ਕਿ ਕਿਵੇਂ ਸ਼ਿਵ ਸੈਨਾ ਵਰਗਿਆਂ ਕੋਲ ਆਪਣੇ ਅਖਬਾਰ ਨੇ, RSS ਕੋਲ ਦੋ ਮੀਡੀਆ ਆਊਟਲੈਟਸ ਨੇ ਜਿਹੜੇ ਕਿ ਉਹਨਾਂ ਦੀ ਨੀਤੀ ਜਿਹੜੀ ਹੁੰਦੀ ਆ ਜਾਂ ਜੋ ਵੀ ਉਹਨਾਂ ਦੇ ਪੋਲਿਸੀ ਮੈਟਰਸ ਆ ਉਹਨਾਂ ਨੂੰ ਪਬਲਿਕ ਸਾਹਮਣੇ ਲੈ ਕੇ ਆਉਂਦੇ ਨੇ, ਪਰ ਆਪਣੇ ਸਿੱਖ ਕੌਮ ਕੋਲ SGPC ਕੋਲ ਨਾ ਤਾਂ ਕੋਈ TV ਚੈਨਲ ਅੱਜ ਤੱਕ ਅਤੇ ਨਾ ਕੋਈ ਇਹਨਾਂ ਕੋਲ ਆਪਣਾ ਅਖਬਾਰ ਆ ਜਿਹਦੇ ਰਾਹੀਂ ਆਪਾਂ ਸਿੱਖ ਵਿਊ ਪੁਆਇੰਟ ਨੂੰ ਦੁਨੀਆ ਸਾਹਮਣੇ ਰੱਖ ਸਕੀਏ। ਤੁਸੀਂ ਪਿੱਛੇ ਦੇਖਿਆ ਸੀ ਕਿੰਨਾ ਨੈਸ਼ਨਲ ਵਰਤਾਰਾ ਚੱਲਿਆ ਸੀਗਾ ਜਿਹਦੇ ਨਾਲ ਸਿੱਖ ਕੌਮ ਨੂੰ ਇੱਕ ਬ੍ਰਾਂਡ ਕੀਤਾ ਜਾ ਰਿਹਾ ਸੀ ਕਿ ਐਂਟੀ ਸੋਸ਼ਲ ਕੌਮ ਹੈਗੀ ਆ, ਪਰ ਉਹਨੂੰ ਆਪਾਂ ਡਿਫੈਂਡ ਕਰਨ ਲਈ ਆਪਣੇ ਕੋਲ ਕੋਈ ਵਾਇਆ ਮੀਡੀਆ ਹੀ ਹੈ ਨਹੀਂ ਸੀਗਾ। ਬਿਲਕੁਲ, ਇਸ ਕਰਕੇ ਮੈਂ ਇਸ ਲਈ ਤਾਂ ਮੈਂ ਕਹਿੰਦਾ ਕਿ ਭਗਵੰਤ ਮਾਨ ਦਾ ਇਹ ਚੰਗਾ ਇਨੀਸ਼ੀਏਟਿਵ ਹੈਗਾ। ਪਰ ਗਿੱਲ ਸਾਹਿਬ, ਜੇ ਚੈਨਲਾਂ ਨੂੰ ਕਹਿੰਦੇ ਸਾਰਿਆਂ ਨੂੰ ਰਾਈਟ ਦਿੱਤੇ ਜਾਣ, ਫਿਰ ਤਾਂ ਇੱਕ ਮਤਲਬ ਗਾਹ ਹੀ ਪੈ ਜਾਏਗਾ। ਇਹਦੇ ਨਾਲੋਂ ਬਿਹਤਰ ਹੈ ਕਿ ਸਾਰੇ ਰਾਈਟਸ ਹੁਣ ਇਕੱਲੇ ਇਕੱਲੇ ਬੰਦੇ, ਯੂਟਿਊਬ ਚੈਨਲ ਬਹੁਤ ਬੈਸਟ ਆਪਸ਼ਨ ਹੈ, ਚਲੋ ਇਹ ਨਹੀਂ ਤਾਂ ਆਪਣਾ ਸੈਟੇਲਾਈਟ ਚੈਨਲ SGPC ਬੜੀ ਜਲਦੀ ਲੈ ਸਕਦੀ ਹੈ, ਕੋਈ ਇਸ ਤਰ੍ਹਾਂ ਦੀ ਦਿੱਕਤ ਨਹੀਂ। ਮਨਿਓਰਟੀਜ਼ ਹੈ, ਕਦੇ ਜਗਜੀਤ ਸਿੰਘ ਚੌਹਾਨ ਖੁਦ ਟਰਾਂਸਮੀਟਰ ਲੈ ਕੇ ਬੜੇ ਸੀਗੇ, ਗੁਰਬਾਣੀ ਇੱਥੋਂ ਲਾਈਵ ਹੋਵੇ ਦਰਬਾਰ ਸਾਹਿਬ 'ਚੋਂ, ਉਹ ਟਰਾਂਜਿਸਟਰ ਸਿਸਟਮ ਲੈ ਕੇ ਉਹਨਾਂ ਨੇ ਸ਼ੁਰੂਆਤ ਕੀਤੀ ਸੀ, ਪਰ ਅੱਜ ਕੱਲ੍ਹ ਇਹ ਕਮਾਈ ਦਾ ਜ਼ਰੀਆ ਆ। ਅਤੇ SGPC ਆਪਣਾ ਓਨਡ ਚੈਨਲ ਸੈਟੇਲਾਈਟ ਕਿਉਂ ਨਾ ਚਲਾਵੇ ਸਾਰਿਆਂ ਨੂੰ ਰਾਈਟਸ ਦੇਣ ਦੀ ਬਜਾਏ, ਫਿਰ ਉੱਥੋਂ ਲਿਊਕਰ ਦੀ ਜਾਂ ਹੋਰ ਕਈ ਵਿਵਾਦਿਤ ਤੰਬਾਕੂ ਦੀ ਐਡ ਦਾ ਮਸਲਾ ਹੋਏਗਾ। ਬਿਹਤਰ ਹੈ ਕਿ ਰਾਈਟਸ ਸਾਰੇ ਨੇ ਜਾਂ ਚੈਨਲ ਆਪਣਾ ਸ਼ੁਰੂ ਕਰੇ ਜਾਂ ਅਖਬਾਰ ਆਪਣਾ ਸ਼ੁਰੂ ਕਰੇ, ਜਿਵੇਂ ਤੁਸੀਂ ਜ਼ਿਕਰ ਕਰਦੇ ਹੋ, ਉਹ ਜ਼ਿਆਦਾ ਬਿਹਤਰ ਨਹੀਂ ਹੈਗਾ? ਜੀ ਗਿੱਲ ਸਾਹਿਬ, ਸਿੱਖ ਕੌਮ ਅੱਗੇ ਨਾ ਇੱਕ ਸਵਾਲ ਖੜਾ ਅੱਜ ਕਿ ਕਸ਼ਤੀ ਵੀ ਨਹੀਂ ਬਦਲੀ ਔਰ ਦਰਿਆ ਵੀ ਨਹੀਂ ਬਦਲਾ, ਹਮ ਡੂਬਨੇ ਵਾਲੋਂ ਕਾ ਜਜ਼ਬਾ ਵੀ ਨਹੀਂ ਬਦਲਾ, ਜੀ ਇੱਕ ਉਮਰ ਹੋਈ ਹਮਨੇ ਮੰਜ਼ਿਲ ਵੀ ਨਹੀਂ ਪਾਈ ਔਰ ਰਾਸਤਾ ਵੀ ਨਹੀਂ ਬਦਲਿਆ। ਸਿੱਖ ਕੌਮ ਨਾ ਤਾਂ ਕੋਈ ਹੁਣ ਪ੍ਰਾਪਤੀ ਕਰ ਸਕੀ ਹੈ, ਜੋ ਸਿੱਖ ਸਟਰਗਲ ਦੇ ਦੌਰਾਨ ਵੀ ਆਪਣਾ ਸੰਘਰਸ਼ ਚੱਲਿਆ ਉਹਦੇ ਬਾਰੇ ਵੀ ਆਪਾਂ ਇਹੀ ਸੁਣ ਰਹੇ ਹਾਂ ਕਿ ਸਾਡੀ ਪ੍ਰਾਪਤੀ ਕੀ ਹੋਈ ਹੈ ਜੀ, ਜਾਂ ਹੋਰ ਆਪਣੇ ਜਿਹੜੇ ਇਸ਼ੂਜ਼ ਨੇ ਸਿੱਖ ਕੌਮ ਦੇ ਆਲੇ ਦੁਆਲੇ ਘੁੰਮ ਰਹੇ ਨੇ, ਚਾਹੇ ਪੰਜਾਬ ਦੇ ਇਸ਼ੂਜ਼ ਨੇ, ਉਹਨਾਂ ਬਾਰੇ ਆਪਣੀ ਜਿਹੜੀ ਅਪਰੋਚ ਆ, ਪੋਲੀਟੀਕਲ ਅਪਰੋਚ ਆ ਚਾਹੇ ਰਿਲੀਜੀਅਸ ਅਪਰੋਚ ਆ, ਉਹ ਸਮੇਂ ਦੇ ਹਾਣ ਦੀ ਨਹੀਂ ਰਹੀ। ਜਿਸ ਤਰ੍ਹਾਂ ਕਿ ਜਦੋਂ 1920 'ਚ ਅਕਾਲੀ ਦਲ ਹੋਂਦ ਵਿੱਚ ਆਇਆ, SGPC ਦੀ ਫਾਰਮੇਸ਼ਨ ਹੋਈ, ਇਹਨਾਂ ਨੇ ਜਿਵੇਂ ਆਪਾਂ ਹੁਣ ਮਣੀਪੁਰ ਦੇ ਲੋਕਾਂ ਦੀ ਉੱਥੋਂ ਦੇ MLAs ਦੀਆਂ ਇੰਟਰਵਿਊਜ਼ ਦੇਖ ਰਹੇ ਹਾਂ, ਕਿੰਨੀ ਉਹਨਾਂ 'ਚ ਕਲੈਰਿਟੀ ਆ ਆਪਣੇ ਮਣੀਪੁਰ ਬਾਰੇ। ਉਹ ਪਹਿਲੇ ਕਹਿੰਦੇ ਕਿ ਸਾਡਾ ਜਿਹੜਾ ਹੈਗੀ ਆ ਇੰਟੈਗਰਿਟੀ, ਇਹ ਸਾਡੀ ਮਣੀਪੁਰ ਨਾਲ ਜੁੜੀ ਹੋਈ ਆ, ਉਹਦੀ ਸੋਵਰੈਂਟੀ ਨਾਲ। ਇਸੇ ਤਰ੍ਹਾਂ ਨਾਗਾਲੈਂਡ ਵਾਲੇ ਲੋਕਾਂ ਦੇ ਉੱਥੋਂ ਦੇ ਲੀਡਰਸ ਦੀ ਆਪਾਂ ਗੱਲ ਸੁਣਦੇ ਹਾਂ, ਪਰ ਜਿਹੜੀ ਸਾਡੀ ਜਦੋਂ ਹੋਂਦ ਬਣੀ ਅਕਾਲੀ ਦਲ ਦੀ, ਇਹਨਾਂ ਨੇ ਜਿਹੜਾ ਮਹਾਰਾਜਾ ਦਲੀਪ ਸਿੰਘ ਦਾ ਸੰਕਲਪ ਸੀ ਉਹਨੂੰ ਕਿਸੇ ਵੀ ਆਪਣੇ ਬਿਰਤਾਂਤ ਵਿੱਚ ਨਹੀਂ ਰੱਖਿਆ, ਅਤੇ ਕਿਸੇ ਵੀ ਸਿੱਖ ਨੇ ਸਵਾਏ ਸੰਧਾ ਵਾਲੀਆ ਪਰਿਵਾਰ ਨੂੰ, ਠਾਕਰ ਸਿੰਘ ਨੂੰ ਸੱਦ ਛੱਡ ਕੇ ਉਹਨਾਂ ਨੇ ਬਹੁਤ ਸਿਰ ਤੋੜ ਕੋਸ਼ਿਸ਼ ਕੀਤੀ ਕਿ ਮਹਾਰਾਜਾ ਦਲੀਪ ਸਿੰਘ ਨੂੰ ਵਾਪਸ ਪੰਜਾਬ ਲੈ ਆਇਆ ਜਾਵੇ ਅਤੇ ਆਪਣੇ ਰਾਜ ਦਾ ਆਪਾਂ ਦੁਬਾਰਾ ਹੱਕ ਮੰਗੀਏ ਬ੍ਰਿਟਿਸ਼ ਤੋਂ। ਪਰ ਉਹਨਾਂ ਨੇ ਬ੍ਰਿਟਿਸ਼ ਸਾਮਰਾਜ ਨੇ ਮਹਾਰਾਜਾ ਦਲੀਪ ਸਿੰਘ ਨੂੰ ਵਾਪਸ ਆਉਣ ਨਹੀਂ ਦਿੱਤਾ, ਅਤੇ ਈਵਨ ਸੰਧਾ ਵਾਲੀਆ ਠਾਕਰ ਸਿੰਘ ਹੁਣਾਂ ਨੂੰ ਵੀ ਆਪਣਾ ਭੱਜਣਾ ਪਿਆ ਸੀਗਾ ਪੰਜਾਬ 'ਚੋਂ, ਅਤੇ ਉਹਨਾਂ ਨੇ ਪੌਂਡੀਚੇਰੀ 'ਚ ਜਾ ਕੇ ਸ਼ਰਨ ਲਈ ਸੀ। ਉਹਨਾਂ ਨੇ ਕਾਫੀ ਜਾ ਕੇ ਉਹ ਇੰਗਲੈਂਡ ਚੇਚੇ ਤੌਰ 'ਤੇ ਮਿਲ ਕੇ ਵੀ ਆਏ ਸੀ ਮਹਾਰਾਜਾ ਦਲੀਪ ਸਿੰਘ, ਅਤੇ ਮਹਾਰਾਜਾ ਦਲੀਪ ਸਿੰਘ ਇੱਕ ਕੇਸ ਤਿਆਰ ਕਰ ਰਿਹਾ ਸੀ ਤਾਂ ਕਿ ਉੱਥੇ ਹਾਊਸ ਆਫ ਲਾਰਡਸ 'ਚ ਆਪਣਾ ਮੁੱਦਾ ਰੱਖ ਸਕਣ ਰਾਜ ਦੀ ਪ੍ਰਾਪਤੀ ਬਾਰੇ। ਪਰ ਉਹਨਾਂ ਕੋਲ ਕਿਸੇ ਸਿੱਖ ਨੇ ਉਹਨਾਂ ਕੋਲ ਦਸਤਾਵੇਜ਼ ਨਹੀਂ ਸਨ, ਉਹ ਉੱਥੋਂ ਤੱਕ ਪਹੁੰਚਦੇ ਨਹੀਂ ਕੀਤੇ, ਇਸ ਕਰਕੇ ਮਹਾਰਾਜਾ ਦਲੀਪ ਸਿੰਘ ਕੇਸ ਆਪਣਾ ਅੱਗੇ ਤੋਰ ਨਹੀਂ ਸਕੇ।
ਜਦਕਿ ਕੁਈਨ ਵਿਕਟੋਰੀਆ ਦਿਲੋਂ ਚਾਹੁੰਦੀ ਸੀ ਕਿ ਮਹਾਰਾਜਾ ਦਲੀਪ ਸਿੰਘ ਨੂੰ ਉਹਦਾ ਰਾਜ ਵਾਪਸ ਮੋੜ ਦਿੱਤਾ ਜਾਵੇ ਜੀ, ਪਰ ਕਿਉਂਕਿ ਕੁਈਨ ਵਿਕਟੋਰੀਆ ਦੀ ਕੈਨੇਡੀਅਨ ਜਿਹੜੀ ਇੰਗਲੈਂਡ ਦੀ ਗਵਰਨਮੈਂਟ ਸੀ ਉਹਨਾਂ ਨੇ ਉਹਦੀ ਪੇਸ਼ ਨਹੀਂ ਜਾਣ ਦਿੱਤੀ। ਪਰ ਜਦੋਂ ਮਹਾਰਾਜਾ ਦਲੀਪ ਸਿੰਘ ਦੀਆਂ ਤਿੰਨ ਜਿਹੜੀਆਂ ਉਹਦੀਆਂ ਕੁੜੀਆਂ ਬਚਦੀਆਂ ਸੀ ਸੱਤ ਬੱਚਿਆਂ ਵਿੱਚੋਂ, ਉਹ ਜਦੋਂ ਕਈ ਵਾਰ ਪੰਜਾਬ ਆਈਆਂ, ਜਿਹੜੀ ਵੱਡੀ ਪ੍ਰਿੰਸੈਸ ਸੀ ਬੰਬੇ, ਉਹ ਤਾਂ ਇੱਥੇ ਲਾਹੌਰ 'ਚ ਹੀ ਉਹਨੇ ਆਪਣੀ ਰੈਜੀਡੈਂਸੀ ਕਰ ਲਈ ਸੀ, ਆਪਣਾ ਘਰ ਬਣਾਇਆ ਸੀ ਗੁਲਜ਼ਾਰ। ਉਹਨੂੰ ਕੋਈ ਵੀ ਕਿਸੇ ਸਿੱਖ ਲੀਡਰ ਨੇ, ਜਿਵੇਂ ਮਾਸਟਰ ਤਾਰਾ ਸਿੰਘ 30 ਸਾਲ ਅਨਡਿਸਪਿਊਟਡ ਲੀਡਰ ਰਿਹਾ ਜੀ, ਉਹ ਉਹਨਾਂ ਨੇ ਕਦੀ ਵੀ ਇਸ ਖਾਨਦਾਨ ਦੇ ਨਾਲ ਕੋਈ ਸੰਪਰਕ ਜਿਤਾਉਣਾ ਨਹੀਂ ਚਾਹਿਆ, ਕਿਉਂਕਿ ਉਹ ਇੰਨੇ ਜ਼ਿਆਦਾ ਇੰਡੀਅਨ ਨੈਸ਼ਨਲ ਕਾਂਗਰਸ ਦੇ ਇਨਫਲੂਐਂਸ ਥੱਲੇ ਸੀਗੇ ਕਿ ਉਹ ਆਪਣੇ ਸਿੱਖ ਮੁੱਦੇ ਹੀ ਭੁੱਲ ਗਏ ਜੀ। ਆਖਰ 'ਚ ਗਿੱਲ ਸਾਹਿਬ, ਥੋੜ੍ਹਾ ਜਿਹਾ ਟਾਈਮ ਲਵਾਂਗਾ ਮੈਂ ਤੁਹਾਡੇ ਤੋਂ, ਅਤੇ ਆਪਣੇ ਟਿਵਾਣਾ ਰੇਡੀਓ ਦੇ ਪ੍ਰੋਗਰਾਮਾਂ ਨੂੰ ਸਤਿਕਾਰ ਹੈ ਦਰਸ਼ਕੋ ਸਰੋਤੇ, ਤੁਸੀਂ ਸਵੇਰੇ 7 ਤੋਂ 9 ਅਤੇ ਸ਼ਾਮੀ 7:30 ਤੋਂ 9:30 ਆਪਣੀ ਵੈਬਸਾਈਟ tiwanaradio.com ਦੇ ਜ਼ਰੀਏ ਲਾਈਵ ਸੁਣਦੇ ਹੋ। ਵੀਡੀਓ ਪ੍ਰੋਗਰਾਮ ਆਪਾਂ ਫੇਸਬੁੱਕ, ਯੂਟਿਊਬ 'ਤੇ ਪਾਈਦਾ ਅਤੇ ਆਪਣੀਆਂ ਐਪਸ 'ਤੇ ਬਾਕੀ ਰੇਡੀਓ ਪ੍ਰੋਗਰਾਮ ਸੁਣੇ ਜਾ ਸਕਦੇ ਨੇ। ਆਪਣੀ ਵੈਬਸਾਈਟ ਹੈ tiwanaradio.com। ਇਹਨਾਂ ਪ੍ਰੋਗਰਾਮਾਂ ਦੇ ਲਿੰਕ ਗੁਇਲ ਸਾਹਿਬ ਹੋਰਾਂ ਦੀ ਜਾਂ ਹੋਰ ਇੰਟਰਵਿਊ ਦੇ ਲਿੰਕ ਤੁਸੀਂ ਆਪਣੇ ਵਟਸਐਪ 'ਤੇ ਵੀ ਮੰਗਵਾ ਸਕਦੇ ਹੋ। ਵਟਸਐਪ ਗਰੁੱਪ ਨੰਬਰ 9876763055, ਇਸੇ ਨੰਬਰ 'ਤੇ ਤੁਸੀਂ ਪ੍ਰੋਗਰਾਮ ਦੇ ਵਿੱਚ ਲਾਈਵ ਕਾਲ ਵੀ ਕਰ ਸਕਦੇ ਹੋ ਰੇਡੀਓ ਪ੍ਰੋਗਰਾਮ ਦੇ। ਗਿੱਲ ਸਾਹਿਬ, ਜਾਂਦੇ ਜਾਂਦੇ ਮੈਂ ਜਾਣਨਾ ਚਾਹਾਂਗਾ, ਜਿਸ ਤਰ੍ਹਾਂ SGPC ਨੇ ਭਲਵਾਨਾਂ ਨੂੰ ਵੀ ਸਪੋਰਟ ਕਰਨ ਦਾ ਐਲਾਨ ਕੀਤਾ ਹੈ, ਜਿਹੜੇ 7 ਲੜਕੀਆਂ ਅਤੇ ਇੱਕ ਨਾਬਾਲਗ ਦੇ ਸ਼ੋਸ਼ਣ ਦਾ ਮਾਮਲਾ ਹੈ, ਬ੍ਰਿਜਭੂਸ਼ਣ BJP ਦੇ ਨੇਤਾ ਅਤੇ ਇਹਨਾਂ ਦੇ ਚੇਅਰਮੈਨ ਜੋ ਅਸਤੀਫਾ ਦੇ ਚੁੱਕੇ ਨੇ। ਬ੍ਰਿਜਭੂਸ਼ਣ ਜੋ ਰੈਸਲਿੰਗ ਫੈਡਰੇਸ਼ਨ ਦਾ ਸਾਬਕਾ ਪ੍ਰਧਾਨ ਹੈ, ਉਸਨੇ ਚੁਣੌਤੀ ਦਿੱਤੀ ਸੀ ਕਿ ਮੈਂ ਪੋਲੋਗ੍ਰਾਫੀ ਟੈਸਟ, ਨਾਰਕੋ ਟੈਸਟ, ਹਰ ਤਰ੍ਹਾਂ ਦੇ ਟੈਸਟ ਕਰਾਉਣ ਨੂੰ ਤਿਆਰ ਹਾਂ, ਬਸ਼ਰਤੇ ਬਜਰੰਗ ਪੂਣੀਆਂ ਜਾਂ ਵਿਨਾਸ਼ ਫੋਗਾਟ ਜਿਹੜੀਆਂ ਲੜਕੀਆਂ ਨੇ ਇਹ ਵੀ ਟੈਸਟ ਕਰਾਉਣ। ਪਰ ਉਹਨਾਂ ਸਾਰੇ ਭਲਵਾਨਾਂ ਨੇ, ਲੜਕੀਆਂ ਨੇ ਹਰ ਤਰ੍ਹਾਂ ਦਾ ਟੈਸਟ ਕਰਾਉਣ ਨੂੰ, ਚੁਣੌਤੀ ਨੂੰ ਪ੍ਰਵਾਨ ਕਰ ਲਿਆ ਕਿ ਅਸੀਂ ਸੁਪਰੀਮ ਕੋਰਟ ਦੀ ਨਿਗਰਾਨੀ ਦੇ ਵਿੱਚ ਹਰ ਤਰ੍ਹਾਂ ਦਾ ਟੈਸਟ ਲਾਈਵ ਕੈਮਰੇ ਦੇ ਸਾਹਮਣੇ ਕਰਾਉਣ ਨੂੰ ਤਿਆਰ ਹਾਂ, ਬਸ਼ਰਤੇ ਬ੍ਰਿਜਭੂਸ਼ਣ ਵੀ ਆ ਕੇ ਆਪਣੇ ਟੈਸਟ ਕਰਾਵੇ। ਮਸਲਾ ਇਹ ਵੱਧਦਾ ਜਾਂਦਾ, ਖਾਬ ਪੰਚਾਇਤਾਂ ਵੀ ਹੱਕ 'ਚ ਨਿੱਤਰ ਗਈਆਂ ਨੇ। 28 ਤਰੀਕ ਨੂੰ ਮੋਦੀ ਸਾਹਿਬ ਨੇ ਨਵੀਂ ਪਾਰਲੀਮੈਂਟ ਦਾ ਉਦਘਾਟਨ ਕਰਨਾ ਅਤੇ ਉਸੇ ਦਿਨ ਇਹਨਾਂ ਖਾਬ ਪੰਚਾਇਤਾਂ ਨੇ, ਔਰਤਾਂ ਨੇ ਮਹਾਂ ਪੰਚਾਇਤ ਸੱਦ ਲਈ ਹੈ। SGPC ਦਾ ਇਸ ਮਾਮਲੇ 'ਚ ਸਪੋਰਟ ਕਰਨਾ ਕਿੱਦਾਂ ਵੇਖਦੇ ਹੋ ਜੀ? ਗੱਲ ਸਾਹਿਬ ਕਰੋ ਸਮਾਪਤੀ ਇਸ ਤੇ ਪਲੀਜ਼। ਇਹ ਇੱਕ ਉਹਨਾਂ ਦਾ ਪੋਜ਼ਿਟਿਵ ਐਕਟਿਵਿਜ਼ਮ ਦਾ ਜੋ ਸਟੈਪ ਹੈਗਾ, ਆਈ ਵੈਲਕਮ ਦੈਟ। ਇਹਨਾਂ ਨੂੰ ਇਸ ਬਾਰੇ ਪਹਿਲੇ ਦਿਨ ਤੋਂ ਹੀ ਬੋਲਣਾ ਚਾਹੀਦਾ ਸੀ, ਕਿਉਂਕਿ ਇਹ ਪ੍ਰੋਟੈਸਟ ਜਿਹੜਾ ਇਹ ਪਿਛਲੇ ਸਾਲ ਤੋਂ ਉੱਠ ਰਿਹਾ ਹੈਗਾ, ਦਸੰਬਰ ਜਨਵਰੀ ਤੋਂ। ਉਦੋਂ ਦਾ ਉਹ ਜਿਹੜੀਆਂ ਇੰਟਰਨੈਸ਼ਨਲ ਰੈਸਲਰਸ ਆਫ ਫੇਮ ਨੇ ਇੰਡੀਆ ਦੇ ਲਈ, ਉਹਨਾਂ ਨੇ ਮੈਡਲ ਦਿੱਤੇ ਨੇ, ਉਹਨਾਂ ਨੇ ਬੜੇ ਗੰਭੀਰ ਦੋਸ਼ ਲਾਏ ਨੇ ਸੈਕਸ਼ੂਅਲ ਐਕਸਪਲੋਇਟੇਸ਼ਨ ਦਾ, ਜਿਹੜੇ ਕਿ ਉਹ ਹਜੇ ਵੀ ਪ੍ਰੈਜ਼ੀਡੈਂਟ ਨੇ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ। ਭਾਵੇਂ ਉਹਨਾਂ ਦੀਆਂ ਜਿਹੜੀਆਂ ਐਕਟੀਵਿਟੀਜ਼ ਤੇ ਉਹਦੇ 'ਤੇ ਸਪੋਰਟਸ ਮਿਨਿਸਟਰੀ ਨੇ ਰੋਕ ਲਾਈ ਹੋਈ ਆ ਕਿ ਤੁਸੀਂ ਕੋਈ ਫਰਦਰ ਐਕਟੀਵਿਟੀ ਕਰ ਨਹੀਂ ਸਕਦੇ ਜੀ। ਪਰ ਜਿੱਥੋਂ ਅਜੇ ਉਹਨਾਂ 'ਤੇ ਪੁਲਿਸ ਕੇਸ ਵੀ ਜਿਹੜਾ ਦਿੱਲੀ ਪੁਲਿਸ ਨੇ ਰਜਿਸਟਰ ਕੀਤਾ, ਉਹ ਵੀ ਅੰਡਰ ਪ੍ਰੈਸ਼ਰ ਫਰੋਮ ਦਾ ਸੁਪਰੀਮ ਕੋਰਟ ਆਫ ਇੰਡੀਆ। ਜਦੋਂ ਚੀਫ ਜਸਟਿਸ ਆਫ ਇੰਡੀਆ ਨੇ ਡਾਇਰੈਕਟ ਕੀਤਾ ਦਿੱਲੀ ਪੁਲਿਸ ਨੂੰ ਕਿ ਤੁਸੀਂ ਕੇਸ ਕਿਉਂ ਨਹੀਂ ਰਜਿਸਟਰ ਕਰਦੇ, ਪਰ ਉਹ ਕੇਸ ਰਜਿਸਟਰ ਹੋਣ ਦੇ ਬਾਵਜੂਦ ਵੀ ਬਾਏ ਨੇਮ ਉਹ ਕੇਸ ਰਜਿਸਟਰਡ ਹੈਗਾ, ਤਾਂ ਵੀ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਉਹ ਨਾਮਵਾਰ ਕੱਦਵਾਰ ਨੇਤਾ ਨੇ ਬ੍ਰਿਜਭੂਸ਼ਣ ਸ਼ਰਨ ਸਿੰਘ, ਉਹਨਾਂ 'ਤੇ ਕਿਸੇ ਤਰ੍ਹਾਂ ਦਾ ਵੀ ਹੁਣ ਤੱਕ ਪੁਲਿਸ ਨਾ ਤਾਂ ਕੋਈ ਤਫਤੀਸ਼ ਕਰ ਸਕੀ ਹੈ, ਨਾ ਉਹਨਾਂ ਤੱਕ ਪਹੁੰਚ ਕਰ ਸਕੀ। ਤੇ ਓਪਨਲੀ ਉਹ ਸਾਰੇ ਸਿਸਟਮ ਨੂੰ ਚੈਲੰਜ ਕਰ ਰਹੇ ਨੇ ਵਾਰ ਵਾਰ, ਇਨਫੈਕਟ ਕਿ ਉਹਨੂੰ ਜਾਤੀਵਾਦ ਦਾ ਇਸ਼ੂ ਬਣਾ ਕੇ, ਕਿਉਂਕਿ ਉਹ ਰਾਜਪੂਤ ਲੀਡਰ ਨੇ UP ਤੋਂ, ਉਹਨਾਂ ਨੇ ਆਪਣੇ ਭਾਈਚਾਰੇ ਨੂੰ ਵੀ ਲਾਮਬੰਦ ਕਰਕੇ ਇਸ ਨੂੰ ਇੱਕ ਜਾਤੀਵਾਦ ਇਸ਼ੂ ਵਿੱਚ ਬਦਲਣ ਦਾ ਕੋਸ਼ਿਸ਼ ਕਰ ਰਹੇ ਨੇ। ਸ਼ਕਤੀ ਪ੍ਰਦਰਸ਼ਨ ਵੀ ਅਯੁੱਧਿਆ 'ਚ ਕਰ ਰਿਹਾ ਬ੍ਰਿਜਭੂਸ਼ਣ, ਪਰ ਜਿਵੇਂ ਭਲਵਾਨਾਂ ਨੇ ਚੁਣੌਤੀ ਸਵੀਕਾਰ ਕੀਤੀ ਹੈ, ਬਿਲਕੁਲ ਜ਼ਰੂਰਤ ਵਾਲੀ ਗੱਲ ਹੈ। SGPC ਨੇ ਵੀ ਇਸ ਦੇ ਵਿੱਚ ਮਦਦ ਉਹਨਾਂ ਦੀ ਕਰਨ ਦਾ, ਸਮਰਥਨ ਕਰਨ ਦਾ ਵੀ ਐਲਾਨ ਕੀਤਾ ਗਿੱਲ ਸਾਹਿਬ ਜੀ। ਹਾਂ ਬਿਲਕੁਲ, ਇਹ ਪੋਜ਼ਿਟਿਵ ਸਟੈਪ ਹੈਗਾ। ਮੇਰੇ ਖਿਆਲ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਉਹਨਾਂ ਦੀ ਸਪੋਰਟ ਕਰਨੀ ਸੀ, ਈਵਨ ਪ੍ਰੈਜ਼ੀਡੈਂਟ ਸੁਖਬੀਰ ਬਾਦਲ ਨੂੰ ਉੱਥੇ ਜਾਣਾ ਚਾਹੀਦਾ ਸੀ ਜੰਤਰ ਮੰਤਰ ਜਿੱਥੇ ਉਹ ਲੜਕੀਆਂ ਪ੍ਰੋਟੈਸਟ ਕਰ ਰਹੀਆਂ ਜੀ। ਉਹ ਮਸਲਾ ਫਿਰ ਥੋੜ੍ਹਾ ਸਿਆਸਤ ਦਾ ਨਾ ਗਿੱਲ ਸਾਹਿਬ, ਕਈ ਚੀਜ਼ਾਂ ਆ ਜਾਂਦੀਆਂ ਨੇ। ਖੈਰ, ਅਤੇ ਗਿੱਲ ਸਾਹਿਬ ਲਈਏ ਫਿਰ ਆ ਗਿਆ। ਹਾਂਜੀ, ਸੋ ਦੋਸਤੋ, ਇਸ ਦੇ ਨਾਲ ਹੀ ਮੈਨੂੰ ਪਰਮਿੰਦਰ ਸਿੰਘ ਟਿਵਾਣਾ ਨੂੰ ਅਤੇ ਆਪਣੇ ਮਾਹਰ ਮਹਿਮਾਨ ਸਰ ਰਣਜੀਤ ਸਿੰਘ ਕੁੱਕੀ ਗਿੱਲ ਨੂੰ ਦਿਵਾ ਗਿਆ। ਗਿੱਲ ਸਾਹਿਬ, ਬਹੁਤ ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ। ਥੈਂਕ ਯੂ ਸੋ ਮਚ। ਥੈਂਕ ਯੂ, ਮਿਹਰਬਾਨੀ, ਸਤਿ ਸ਼੍ਰੀ ਅਕਾਲ।
ਦੋਸਤੋ ਇਸ ਹਨ ਰਣਜੀਤ ਸਿੰਘ ਕੁੱਕੀਗਲ ਜੀ। ਸੋ ਇਸ ਦੇ ਨਾਲ ਹੀ ਦਿਓ ਆ ਗਿਆ ਮੇਰਾ ਵੀਡੀਓ ਕੈਮਰਾ ਥੋੜ੍ਹਾ ਦਿੱਕਤ ਸੀ, ਇਸ ਦੇ ਲਈ ਮਾਫ਼ੀ। ਧੰਨਵਾਦ, ਸਤਿ ਸ਼੍ਰੀ ਅਕਾਲ।